ਪ੍ਰੋਗਰਾਮ ਮੈਂ ਵੀ ਦੇਖਿਆ ਅਤੇ ਇਹਦੇ ਵਿੱਚ ਬਹੁਤ ਅੱਛੇ ਅੱਛੇ ਕਲਾਕਾਰ ਉਹਨਾਂ ਨੇ ਬੁਲਾਇਆ, ਹੋਰ ਵੀ ਲਾਈਨਅਪ ਹੋ ਰਹੇ, ਬੜੇ ਅੱਛੇ ਜਿਹੜੇ ਸਟਾਰ ਇੱਥੇ ਪਹੁੰਚੇ ਨੇ ਪੰਜਾਬ ਤੋਂ, ਉਹ ਵੀ ਆ ਰਹੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪਰਮਜੀਤ ਹੰਸ ਭਾਅ ਜੀ ਦੇ ਨਾਲ ਅੱਜ ਇਹਨਾਂ ਦੇ ਰੂਬਰੂ, ਤੁਹਾਡੇ ਰੂਬਰੂ ਹੋਇਆ ਵਾਂ। ਸੋ ਬਹੁਤ ਹੀ ਪਿਆਰੇ ਇਨਸਾਨ ਹੰਸਰਾਜ ਹੰਸ ਭਾਅ ਜੀ ਦੇ ਛੋਟੇ ਵੀਰ, ਔਰ ਨਾਲ ਹੀ ਮੈਂ ਪੂਰੀ ਟੀਮ ਦਾ, ਆਪਣਾ ਪੰਜਾਬ ਟੀਵੀ ਦੀ ਪੂਰੀ ਟੀਮ ਦਾ ਮੈਂ ਬਹੁਤ ਥੈਂਕ ਯੂ ਕਰਦਾ ਵਾਂ, ਔਰ ਖਾਸ ਤੌਰ 'ਤੇ ਪੂਰੇ ਟੋਰਾਂਟੋ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ। ਸੋ ਦੋਸਤੋ, ਨੰਬਰ ਇੱਕ ਵਾਰੀ ਫਿਰ ਦੱਸ ਦਿੰਦੇ, 6 47 710 1575। ਸੋ ਤੇਜੀ ਸਾਹਿਬ, ਪੂਰੀ ਦੁਨੀਆ ਦੇ ਵਿੱਚ ਤੁਸੀਂ ਘੁੰਮਦੇ ਹੋ, ਕਾਫੀ ਦਿਨਾਂ ਤੋਂ ਸਾਡੇ ਟੋਰਾਂਟੋ ਵਿੱਚ ਹੋ, ਅਤੇ ਬੜੀਆਂ ਤੁਹਾਡੇ ਨਾਲ ਮਹਿਫਲਾਂ ਕੀਤੀਆਂ, ਬੜਾ ਸਾਨੂੰ ਇਹ ਗੀਤ ਸੰਗੀਤ 'ਤੇ ਹੁੰਦੇ ਜਿੱਥੇ ਦੋ ਗਾਉਣ ਵਾਲੇ ਬੈਠੇ ਹੋ ਅਤੇ ਨੈਚੁਰਲੀ ਗਾਣਾ ਵਾਣਾ ਹੁੰਦੇ, ਅੱਜ ਵੀ ਬਿਲਕੁਲ ਬਹੁਤ ਹੋਏਗਾ। ਪਹਿਲਾਂ ਸਭ ਤੋਂ ਇਹ ਦੱਸੋ ਕਿ ਤੁਹਾਨੂੰ ਤੁਸੀਂ ਕਿੱਥੇ ਕਿੱਥੇ ਗਏ, ਔਰ ਤੁਹਾਨੂੰ ਸਭ ਤੋਂ ਵਧੀਆ ਮੁਲਕ ਕਿਹੜਾ ਲੱਗਾ ਭਾਰਤ ਤੋਂ ਇਲਾਵਾ? ਨੈਚੁਰਲੀ ਭਾਰਤ ਸਾਡਾ ਆਪਣਾ ਮੁਲਕ ਹੈ ਅਤੇ ਸਾਨੂੰ ਸਭ ਤੋਂ ਪਿਆਰਾ ਉਹੀ ਹੈ, ਪਰ ਉਸ ਤੋਂ ਇਲਾਵਾ ਤੁਹਾਨੂੰ ਕਿੱਥੇ ਬਹੁਤ ਮਜ਼ਾ ਆਇਆ ਜਾਣ ਦਾ? ਕੈਨੇਡਾ ਤਾਂ ਮੈਂ ਹੁਣ ਹਰ ਸਾਲ ਹੀ ਆਉਂਦਾ, ਜਿੱਦਾਂ ਜੀ ਇਸ ਤੋਂ ਪਹਿਲਾਂ ਮੈਂ ਫਸਟ ਟਾਈਮ ਕੈਨੇਡਾ ਆਇਆ ਸੀ 2003 ਵਿੱਚ, ਉਦੋਂ ਸਾਡੇ ਪੂਰੇ ਨੌਰਥ ਅਮੈਰੀਕਾ ਦੇ ਸ਼ੋਅ ਹੋਏ। ਸੋ ਉਸ ਟਾਈਮ 'ਤੇ ਪਹਿਲੀ ਵਾਰੀ ਆਇਆ ਸੀਗਾ, ਅਤੇ ਉਸ ਤੋਂ ਬਾਅਦ ਵਿੱਚ ਫਿਰ ਆਉਣਾ ਜਾਣਾ ਲੱਗਾ ਰਿਹਾ। ਔਰ ਇਸ ਤੋਂ ਇਲਾਵਾ ਮੈਂ ਆਸਟ੍ਰੇਲੀਆ, ਮਸਕਟ, ਕੁਵੈਤ, ਦੁਬਈ, ਇਹਨਾਂ ਜਗ੍ਹਾ 'ਤੇ ਪਰਫੋਰਮ ਕਰ ਚੁੱਕਾ ਹਾਂ। ਔਰ ਇੰਡੀਆ ਦੇ ਵਿੱਚ ਵੀ ਕੋਈ ਐਸੀ ਸਟੇਟ ਨਹੀਂ ਹੈ ਜਿੱਥੇ ਮੈਂ ਸ਼ੋਅ ਨਾ ਕੀਤੇ ਹੋਣ, ਪਰ ਸਾਰੇ ਵਧੀਆ ਹੈ, ਪਰ ਕੈਨੇਡਾ ਇਜ਼ ਬੈਸਟ। ਕੈਨੇਡਾ ਇੱਕ ਐਸੀ ਕੰਟਰੀ ਹੈ ਕਿ ਕਿਆ ਹੀ ਬਾਤ ਹੈ, ਔਰ ਇੰਨਾ ਸੋਹਣਾ ਵੈਦਰ ਹੈ ਇੱਥੋਂ ਦਾ, ਲੋਕ ਬੜੇ ਚੰਗੇ ਨੇ ਇੱਥੋਂ ਦੇ, ਜਿੰਨੇ ਵੀ ਆਪਣੇ ਪੰਜਾਬੀ ਨੇ ਚਾਹੇ ਇੰਡੀਅਨ ਕੋਈ ਵੀ ਜਿਹੜਾ ਇੱਥੇ ਆ ਕੇ ਵੱਸਿਆ, ਸਾਰੇ ਇੱਕ ਦੂਜੇ ਦੇ ਲਈ ਹੈਲਪਫੁੱਲ ਲੱਗਦੇ ਮੈਨੂੰ, ਮੇਰੇ ਨਾਲ ਤਾਂ ਸਾਰੇ ਬਹੁਤ ਪਿਆਰ ਕਰਦੇ ਆ। ਹਾਂ ਬਿਲਕੁਲ, ਵੈਸੇ ਤਾਂ ਇਹ ਗੱਲ ਹੁਣ ਪੁਰਾਣੀ ਹੋ ਗਈ ਕਿ ਹੁਣ ਤਾਂ ਹਰ ਘਰ ਦੇ ਵਿੱਚ ਸਿੰਗਰ ਹੈਗੇ ਨੇ, ਔਰ ਇਹਨੂੰ ਇੱਕ ਮੈਂ ਸਾਡੇ ਕੋਲ ਵੀ ਇੱਥੇ ਆਉਂਦੇ ਨੇ, ਭਾਰਤ ਦੇ ਵਿੱਚ ਵੀ ਇੱਥੇ ਵੀ ਹਰ ਪੇਰੈਂਟਸ ਖੁਦ ਲੈ ਕੇ ਜਾਂਦੇ ਨੇ ਬੱਚੇ ਨੂੰ ਕਿ ਸਾਡੇ ਬੱਚੇ ਨੂੰ ਗਾਉਣ ਦਾ ਸ਼ੌਕ ਹੈ, ਪਰ ਮੇਰੇ ਖਿਆਲ ਇਹ ਬੜੀ ਚੰਗੀ ਗੱਲ ਹੈ। ਮੈਂ ਇੱਕ ਗੱਲ ਸੋਚਦਾ ਹੁੰਦਾ ਕਿ ਗਾਉਣਾ ਚੰਗੀ ਗੱਲ ਹੈ, ਕਿਉਂਕਿ ਜਿਹੜਾ ਸਿੰਗਰ ਗਾ ਰਿਹਾ, ਹਾਂਜੀ, ਜਿਹੜੇ ਬੱਚਿਆਂ ਨੂੰ ਗਾਉਣ ਦਾ ਸ਼ੌਕ, ਕਮ ਸੇ ਕਮ ਉਹਨਾਂ ਦੇ ਹੱਥ ਵਿੱਚ ਮਾਈਕ ਹੀ ਆ ਨਾ, ਲੋਕਾਂ ਨੂੰ ਖੁਸ਼ੀ ਦੇ ਰਹੇ ਨੇ, ਨਾ ਕਿ ਉਹਨਾਂ ਦੇ ਹੱਥਾਂ ਵਿੱਚ ਡਰੱਗ ਆ, ਨਾ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਬੰਦੂਕਾਂ ਨੇ। ਸੋ ਮਾਈਕ ਆ, ਲੋਕਾਂ ਨੂੰ ਖੁਸ਼ੀ ਦੇ ਰਹੇ, ਚੰਗੀ ਗੱਲ ਆ, ਪਰ ਕੰਮ ਮਿਆਰੀ ਹੋਣਾ ਚਾਹੀਦਾ। ਵੈਸੇ ਭਾਅ ਜੀ, ਹਰੇਕ ਨੂੰ ਆਪਣਾ ਕੰਮ ਚੰਗਾ ਲੱਗਦਾ, ਬਿਲਕੁਲ, ਕੋਈ ਵੀ ਕਿਸੇ ਵੀ ਫੀਲਡ ਵਿੱਚ ਬੰਦਾ ਜਿਹੜਾ ਕੰਮ ਕਰਦਾ, ਉਹਦੀ ਇਹ ਹੁੰਦੀ ਹੈ ਕਿ ਮੇਰੇ ਬੱਚੇ ਵੀ ਮੇਰਾ ਹੀ ਕੰਮ ਕਰਨ, ਹੈ ਨਾ। ਬਟ ਕਿਤੇ ਨਾ ਕਿਤੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਕਿ ਜਿਹੜੇ ਕੰਮ 'ਚ ਮੈਂ ਪਿਆ ਹਾਂ ਨਾ, ਜਿਹੜਾ ਕੰਮ ਮੈਂ ਕਰਦਾ ਹਾਂ, ਇਹ ਮੇਰੇ ਖਿਆਲ 'ਚ ਦੁਨੀਆ ਦਾ ਸਭ ਤੋਂ ਬੈਸਟ ਕੰਮ ਹੈ। ਬਿਲਕੁਲ ਸਹੀ, ਨਾਲੇ ਖੁਸ਼ ਰਹਿਣਾ, ਘੁੰਮਣਾ ਫਿਰਨਾ, ਨਾਲੇ ਲੋਕਾਂ ਨੂੰ ਖੁਸ਼ ਕਰਨਾ, ਹਾਂਜੀ ਬਿਲਕੁਲ। ਸੋ ਇਹ ਬਹੁਤ ਹੀ ਵਧੀਆ ਕਿੱਤਾ ਹੈ ਸਾਡਾ ਜਿਹੜਾ ਨਾ, ਇੱਕ ਇਹ ਨਾਲੇ ਕਲਾਕਾਰ ਜਿਹੜਾ ਗੋਡ ਗਿਫਟਡ ਹੁੰਦਾ ਹੈ, ਕਲਾਕਾਰ ਬਣਾਇਆ ਨਹੀਂ ਜਾਂਦਾ, ਹੈ ਨਾ। ਅਤੇ ਸੋ ਦੋਸਤੋ, ਤੇਜੀ ਸੰਧੂ ਅੱਜ ਮੇਰੇ ਨਾਲ, ਅਸੀਂ ਇਹਨਾਂ ਦੇ ਕੋਲ ਡਫਲੀ ਤੁਸੀਂ ਦੇਖ ਹੀ ਰਹੇ ਹੋ, ਇਹ ਡਫਲੀ ਇੱਕ ਸਿਰਫ ਨਮੂਨਾ ਨਹੀਂ ਹੈ, ਇੱਕ ਇਹ ਸ਼ੋਅ ਪੀਸ ਨਹੀਂ ਹੈ, ਜਿਹੜੇ ਲੋਕ ਇਹਨਾਂ ਨੂੰ ਸੁਣਦੇ ਨੇ ਉਹ ਜਾਣਦੇ ਨੇ ਕਿ ਇਹਨਾਂ ਵਰਗੀ ਡਫਲੀ ਵੀ ਅੱਜ ਤੱਕ ਕਿਸੇ ਨੇ ਨਹੀਂ ਵਜਾਈ ਪੰਜਾਬੀ ਗਾਣਿਆਂ ਦੇ ਵਿੱਚ। ਸੋ ਤੁਹਾਡਾ, ਤੁਸੀਂ ਗੁਰਦਾਸ ਮਾਨ ਸਾਹਿਬ ਨੂੰ ਸੁਣ ਕੇ ਉਹਨਾਂ ਨੂੰ, ਉਹਨਾਂ ਦੇ ਫੋਲੋਵਰ ਹੋ, ਜਾਂ ਤੁਹਾਡਾ ਵੈਸੇ ਹੀ ਡਫਲੀ ਨਾਲ ਤੁਹਾਡਾ ਕੀ ਰਿਲੇਸ਼ਨ ਹੋ ਗਿਆ? ਮੈਂ ਕਾਫੀ ਜਦੋਂ ਛੋਟਾ ਸੀ, ਸਾਡੇ ਪਿੰਡ ਦੇ ਵਿੱਚ ਇੱਕ ਜੋਗੀ ਆਉਂਦੇ ਹੁੰਦੇ ਸੀ ਸਵੇਰੇ ਸਵੇਰੇ ਘੁੰਮਣ, ਹੈ ਨਾ, ਗਜਾ ਕਰਨ ਆਉਂਦੇ ਸੀ ਜਿੱਦਾਂ। ਸੋ ਉਹਨਾਂ ਦੇ ਹੱਥ ਵਿੱਚ ਹੁੰਦੀ ਸੀ। ਅੱਛਾ। ਅਤੇ ਫਿਰ ਮੈਂ ਮਾਨ ਸਾਹਿਬ ਦੇ ਵੀ ਦੇਖੀ। ਹਾਂ, ਪਰ ਮੈਂ ਕਲਾਕਾਰ ਉਸ ਤੋਂ ਪਹਿਲਾਂ ਹੀ ਸੀਗਾ, ਛੋਟਾ ਸੀ ਜਦੋਂ। ਅੱਛਾ। ਸੋ ਮੇਜ਼ ਵਜਾ ਕੇ ਗਾਉਣਾ ਸਕੂਲੇ, ਉਸ ਤੋਂ ਬਾਅਦ ਵਿੱਚ ਇਹ ਡਫਲੀ ਉਹ ਵੇਖ ਕੇ ਚਿਟਕ ਲੱਗ ਗਈ, ਉਸ ਤੋਂ ਬਾਅਦ ਦੇਖਿਆ ਮਾਨ ਸਾਹਿਬ ਕੋ ਵੀ ਹੈ, ਪਰ ਮੈਂ ਕਿਸੇ ਤੋਂ ਸਿੱਖੀ ਨਹੀਂ ਭਾਜੀ। ਅੱਛਾ। ਆਪਣੀ ਕ੍ਰੀਏਸ਼ਨ ਆ, ਮੇਰਾ ਆਪਣਾ ਹੀ ਸਟਾਈਲ ਹੈ, ਔਰ ਮੇਰੇ ਖਿਆਲ 'ਚ ਇਹ ਜਿਹੜੀ ਡਫਲੀ ਹੈ, ਇਹ ਮੇਰਾ ਇੱਕ ਆਪਣਾ, ਮੈਨੂੰ ਸਵਾਦ ਆਉਂਦਾ ਵਜਾ ਕੇ, ਮੈਨੂੰ ਪਤਾ ਵੀ ਨਹੀਂ ਮੈਂ ਕੀ ਵਜਾਉਂਦਾ, ਕਿਹੜੀ ਤਾਲ ਹੈ, ਕਿਹੜੀ ਲੈ ਹੈ, ਕਿ ਪਰ ਵੱਜਦੀ ਬਹੁਤ ਵਧੀਆ। ਤੁਸੀਂ ਜੇ ਸਾਜ਼ ਜਾਂ ਗਾਣਾ ਉਹੀ ਜੇ ਤੁਸੀਂ ਖੁਦ ਇੰਜੋਏ ਕਰਦੇ, ਤਾਂ ਕੁਦਰਤੀ ਗੱਲ ਲੋਕਾਂ ਨੇ ਵੀ ਇੰਜੋਏ ਕਰਨਾ, ਹੋ ਕੇ ਤੁਹਾਨੂੰ ਸੁਣਦੇ ਨੇ। ਸੋ ਤੇਜੀ ਸੰਧੂ ਸਾਹਿਬ ਕੋਲੋਂ ਲਾਈਵ ਵੀ ਅਸੀਂ ਕੁਝ ਸੁਣਾਂਗੇ, ਔਰ ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਅਸੀਂ ਪਰਸਨਲ ਗੱਲਾਂ, ਇਹਨਾਂ ਦੇ ਮਿਊਜ਼ਿਕ ਬਾਰੇ ਗੱਲਾਂ ਕਰਾਂਗੇ, ਇਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਪੁੱਛਾਂਗੇ, ਔਰ ਜੋ ਪ੍ਰੋਜੈਕਟ ਆ ਚੁੱਕੇ ਨੇ ਉਹਨਾਂ ਬਾਰੇ ਪੁੱਛਾਂਗੇ। ਮੁੰਬਈ ਦੇ ਵਿੱਚ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ, ਵੱਡੇ ਵੱਡੇ ਸ਼ੋਅ ਕਰਦੇ ਨੇ, ਕਿਉਂਕਿ ਕੁਛ ਹੀ ਕਲਾਕਾਰਾਂ ਵਿੱਚੋਂ, ਇਹ ਉਹਨਾਂ ਕਲਾਕਾਰਾਂ ਵਿੱਚੋਂ ਨੇ ਜਿਨ੍ਹਾਂ ਨੇ ਇਹ ਸਿੱਖਿਆ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਸੋ ਇਹ ਉਹਨਾਂ ਕਲਾਕਾਰਾਂ ਦੀ ਲਾਈਨ ਵਿੱਚ ਨੇ। ਤੇਜੀ ਸੰਧੂ ਸਾਹਿਬ ਬਹੁਤ ਜ਼ਿਆਦਾ ਹਿੱਟ ਹੋਣਾ ਨਹੀਂ ਚਾਹੁੰਦੇ, ਜਿੰਨੇ ਨੇ ਉਹਦੇ ਵਿੱਚ ਖੁਸ਼ ਨੇ, ਔਰ ਕਿਉਂਕਿ ਇਹਨਾਂ ਦੇ ਜਿੰਨੇ ਸ਼ੋਅ ਹੁੰਦੇ ਨੇ ਵੱਡੇ ਲੈਵਲ ਦੇ ਹੁੰਦੇ ਨੇ, ਪਾਏਦਾਰ ਸ਼ੋਅ ਹੁੰਦੇ ਨੇ। ਸੋ ਇਹ ਕੁਆਂਟਿਟੀ ਵੱਲ ਘੱਟ, ਯਕੀਨ ਦੱਸਦੇ ਨੇ ਕੁਆਲਿਟੀ ਵੱਲ ਜ਼ਿਆਦਾ, ਉਹਨਾਂ ਕਲਾਕਾਰਾਂ ਵਿੱਚੋਂ ਇੱਕ ਨੇ ਜਿੰਨਾ ਗਾਇਆ ਚੰਗਾ ਗਾਇਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਕੋਲ ਲਾਈਵ ਵੀ ਕੁਛ ਨਾ ਕੁਛ ਸੁਣਾਂਗੇ, ਪਰ ਸਭ ਤੋਂ ਪਹਿਲਾਂ ਸੁਣਦੇ ਇਹਨਾਂ ਦਾ ਇੱਕ ਰਿਕਾਰਡਡ ਗੀਤ, ਤਾਂ ਕਿ ਜਿਹੜੇ ਨਵੇਂ ਲੋਕ ਤੁਹਾਨੂੰ ਦੇਖ ਰਹੇ ਉਹਨੂੰ ਪਤਾ ਲੱਗ ਸਕੇ ਤੇਜੀ ਸੰਧੂ ਕੌਣ ਹੈ। ਤੇ ਲਓ ਫਿਰ ਇਹਨਾਂ ਦਾ ਇੱਕ ਖੂਬਸੂਰਤ ਗੀਤ ਸੁਣਦੇ, ਔਰ ਉਸ ਤੋਂ ਬਾਅਦ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ।
ਕੁੜੀ ਸੋਹਣੀ ਤੇ ਸੁਨੱਖੀ ਵੱਡੇ ਘਰ ਦੀ, ਮੈਨੂੰ ਪਤਾ ਵੀ ਹੈ ਮੇਰੇ ਉੱਤੇ ਮਰਦੀ। ਕੁੜੀ ਸੋਹਣੀ ਤੇ ਸੁਨੱਖੀ ਵੱਡੇ ਘਰ ਦੀ, ਮੈਨੂੰ ਪਤਾ ਵੀ ਹੈ ਮੇਰੇ ਉੱਤੇ ਮਰਦੀ। ਪਿਆਰ ਵਾਲੀ ਹਮੀ ਨਾ ਪਰੇ ਕੁੜੀ ਆ ਜਲੰਧਰੋਂ, ਪਿਆਰ ਕਰੇ ਅੰਦਰੋਂ ਪਰ ਮੂੰਹ ਕਹਿਣ ਤੋਂ ਡਰੇ। ਮਹਿੰਦੀ ਉੱਤੇ ਲਾਈ ਫਿਰ ਦੀ ਅਮਰ ਜਾਣੀ ਹੋਏ, ਬਣੇ ਅਣ ਜਾਣੇ ਤਾਂ ਜਾਣ ਜਾਣ ਕੇ, ਹੁੰਦੀ ਜਾਪੇ ਵਿਗੜੀ ਕਹਾਣੀ ਹੋਏ। ਜਾਣ ਬੁੱਝ ਰਾਹ ਚ ਖੜੇ, ਜਾਣ ਬੁੱਝ ਰਾਹ ਚ ਖੜੇ ਕੁੜੀਆਂ ਜਲੰਧਰੋਂ, ਪਿਆਰ ਕਰੇ ਅੰਦਰੋਂ ਪਰ ਮੂੰਹ ਕਹਿਣ ਤੋਂ ਡਰੇ। ਹੋ ਕੱਲੀ ਕਿਤੇ ਮਿਲੇ ਉਹਨੂੰ ਰੁਕ ਪੁੱਛ ਲਵਾਂ, ਕੁੜੀਆਂ ਦਾ ਕਾਫਲਾ ਉਹ ਰੱਖਦੀ ਹੋਏ। ਬਾਈ ਫੇਸ ਆ ਕੇ ਉਹ ਤਾਂ ਚੁੱਪ ਕਰ ਜਾਂਦੀ, ਚੋਰੀ ਚੋਰੀ ਖਿਲ ਖਿਲ ਹੱਸਦੀ ਹੋਏ। ਉਹ ਗੱਲ ਕਿਤੇ ਮਿਲੇ ਉਹਨੂੰ ਰੁਕ ਪੁੱਛ ਲਵਾਂ, ਕੁੜੀਆਂ ਦਾ ਕਾਫਲਾ ਉਹ ਰੱਖਦੀ ਹੋਏ। ਬਾਈ ਫੇਸ ਆ ਕੇ ਉਹ ਤਾਂ ਚੁੱਪ ਕਰ ਜਾਂਦੀ, ਚੋਰੀ ਚੋਰੀ ਖਿਲ ਖਿਲ ਹੱਸਦੀ ਹੋਏ। ਹੌਲੀ ਹੌਲੀ ਪੌੜੀਆਂ ਚੜੇ, ਹੌਲੀ ਹੌਲੀ ਪੌੜੀਆਂ ਚੜੇ ਕੁੜੀਆਂ ਜਲੰਧਰੋਂ, ਪਿਆਰ ਕਰੇ ਅੰਦਰੋਂ ਕੁੜੀਆਂ ਜਲੰਧਰੋਂ, ਪਿਆਰ ਕਰੇ ਅੰਦਰੋਂ ਪਰ ਮੂੰਹ ਕਹਿਣ ਤੋਂ ਡਰੇ। ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ, ਔਰ ਵੀ ਆਰ ਲਾਈਵ। ਹਾਂਜੀ, ਸੋ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਨਾਲੇ ਗੱਲਾਂ ਨਾਲੇ ਗੀਤ ਦੇ ਵਿੱਚ। ਮੈਂ ਔਰ ਤੇਜੀ ਸੰਧੂ ਕੁਛ ਹੀ ਗੱਲਾਂ ਕਰ ਰਹੇ ਸਨ, ਕਿਉਂਕਿ ਲਾਈਵ ਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ ਇਹੋ ਜਿਹਾ ਕਿ ਅਸੀਂ ਅੱਗੇ ਪਿੱਛੇ ਹੋ ਜਾਂਦਾ ਥੋੜ੍ਹਾ ਜਿਹਾ, ਕਿਉਂਕਿ ਸਾਡੇ ਜਿਹੜੇ ਟੈਕਨੀਸ਼ੀਅਨ ਨੇ ਥੋੜ੍ਹਾ ਤੁਰ ਫਿਰ ਵੀ ਰਹੇ ਸਨ, ਉਹਨਾਂ ਨੂੰ ਪਤਾ ਲਾਈਵ ਹੈ, ਸੋ ਇਟਸ ਓਕੇ, ਦੈਟਸ ਦਾ ਪਾਰਟ ਆਫ ਲਾਈਵ ਸ਼ੋ। ਸੋ ਤੁਸੀਂ ਬਹੁਤ ਪਿਆਰ ਕਰ ਰਹੇ ਹੋ, ਤੁਹਾਡੀਆਂ ਬੇਸ਼ੁਮਾਰ ਕਾਲਸ ਵੀ ਆਉਂਦੀਆਂ ਨੇ, ਤੁਹਾਡੇ ਬੇਸ਼ੁਮਾਰ ਮੈਸੇਜ ਵੀ ਆਉਂਦੇ ਨੇ। ਅਸੀਂ ਥੋੜ੍ਹਾ ਜਿਹਾ ਫੇਸਬੁੱਕ ਤੋਂ ਲਾਈਵ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਨਹੀਂ ਜਾਣਦੇ ਇਸ ਪ੍ਰੋਗਰਾਮ, ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਤੇਜ਼ੀ ਜੀ, ਪਹਿਲਾਂ ਮੈਂ ਕਰਦਾ ਕਿਸੇ ਹੋਰ ਚੈਨਲ 'ਤੇ ਪ੍ਰੋਗਰਾਮ, ਸੋ ਬੜੀ ਦੇਰ ਬਾਅਦ ਇਸ ਚੈਨਲ 'ਤੇ ਆਪਣਾ ਪੰਜਾਬ ਟੈਲੀਵਿਜ਼ਨ 'ਤੇ ਸ਼ੁਰੂ ਕੀਤਾ, ਔਰ ਆਪਣਾ ਪੰਜਾਬ ਟੈਲੀਵਿਜ਼ਨ 'ਤੇ ਵੀ ਬਹੁਤ ਸਾਨੂੰ ਪਿਆਰ ਮੁਹੱਬਤ ਮਿਲਦਾ। ਤੇਜ਼ੀ ਸਾਹਿਬ, ਤੁਸੀਂ ਆਪਾਂ ਗੱਲ ਕਰ ਰਹੇ ਸੀ ਡੱਫਲੀ ਦੀ ਤੁਹਾਡੀ, ਹਾਂਜੀ ਹਾਂਜੀ, ਅਤੇ ਡੱਫਲੀ ਤੁਹਾਡੇ ਕੋਲ ਹੈ, ਮੈਂ ਕੁਛ ਐਸਾ ਨਮੂਨਾ ਹੋ ਜਾਏ ਕਿ ਸਾਡੇ ਜਿਹੜੇ ਦਰਸ਼ਕ ਜਿਹੜੇ ਤੁਹਾਨੂੰ ਡੱਫਲੀ ਨਾਲ ਨਹੀਂ ਸੁਣਿਆ, ਉਹਨਾਂ ਨੂੰ ਪਤਾ ਲੱਗ ਸਕੇ ਕਿ ਡੱਫਲੀ ਸਿਰਫ ਇੱਕ ਸ਼ੋ ਪੀਸ ਨਹੀਂ ਹੈ, ਇਹ ਵੱਜਦਾ ਵੀ ਹੈ। ਇੱਕ ਨਵਾਂ ਗੀਤ ਹੈ ਜੀ, ਉਹ 2 ਕੁ ਮਹੀਨੇ ਪਹਿਲਾਂ ਆਪਾਂ ਲਾਂਚ ਕੀਤਾ ਸੀ, ਯੂਟਿਊਬ 'ਤੇ ਹੈਗਾ, ਜਿੱਥੋਂ ਸੋਹਣੀ ਲੱਗਦੀ ਹੈ ਨਹੀਂ, ਮੇਰੇ ਪਿਆਰ ਦਾ ਅਸਰ ਹੈ, ਸੋ ਉਹ ਤੁਹਾਨੂੰ ਸੁਣਾਉਂਦਾ। ਸੋਹਣੀ ਲੱਗਦੀਏ ਹਾਏ ਨੀ, ਮੇਰੇ ਪਿਆਰ ਦਾ ਅਸਰ ਗਏ, ਜਿੱਤ ਸੋਹਣੀ ਲੱਗਦੀਏ ਹਾਏ ਨੀ, ਮੇਰੇ ਪਿਆਰ ਦਾ ਅਸਰ ਗਏ। ਦਿਲ ਨੇ ਕੀਆ ਜੋ ਦਿਲ ਸੇ, ਦਿਲ ਨੇ ਕੀਆ ਜੋ ਦਿਲ ਸੇ, ਇੱਕ ਨਾਰ ਦਾ ਅਸਰ ਗਏ, ਜਿੱਤ ਸੋਹਣੀ ਲੱਗਦੀਏ ਹਾਏ ਨੀ, ਮੇਰੇ ਪਿਆਰ ਦਾ ਅਸਰ ਗਏ। ਮਨਮੋਹਣੀ ਲੱਗਦੀ ਹੈ ਨੀ, ਮੇਰੇ ਪਿਆਰ ਦਾ ਅਸਰ ਹੈ। ਵਾਹ ਕੀ
पहले तो बन सवर के रहती न थी कभी, कितनी मैं खूबसूरत हूँ कहती न थी कभी। मैंने देखा आंख भर के, मैंने देखा आंख भर के, एक बार दायसल है जित सोनी लग दिए है नी मेरे प्यार दायसल है, मन मोहनी लग दिए है नी मेरे प्यार दायसल। क्या बात है तेजी साहब, ਤੁਸੀਂ ਡੈਫਲੀ ਗੁਰਦਾਸ ਮਾਨ ਸਾਹਿਬ ਦਾ ਇੱਕ ਚਿੰਨ੍ਹ ਹੈ ਉਹਨਾਂ ਦਾ, ਅਤੇ ਜਿਹੜਾ ਗਾਣਾ ਤੁਹਾਡਾ ਸੁਖਵਿੰਦਰ ਸਿੰਘ ਜੀ ਨਾਲ ਬੜਾ ਮਿਲਦਾ ਜੁਲਦਾ। ਹਾਂਜੀ, ਤੁਸੀਂ ਨੈਚੁਰਲੀ ਕਿ ਉਹਨਾਂ ਦੇ ਫੋਲੋਵਰ ਹੈ, ਤੁਹਾਡੀ ਆਵਾਜ਼ ਤੋਂ ਹੀ ਪਤਾ ਲੱਗਦਾ, ਕਿਉਂਕਿ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਜਾਂ ਕੋਈ ਵੀ ਕਲਾਕਾਰ ਹੋ, ਕਿਸੇ ਨਾ ਕਿਸੇ ਦਾ ਫੋਲੋਵਰ ਹੁੰਦਾ, ਜਿੱਦਾਂ ਹੰਸ ਭਾਜੀ ਵੀ ਉਹਨਾਂ ਨੇ ਜਮਲਾ ਸਾਹਿਬ ਨੂੰ ਬਹੁਤ ਸੁਣਦੇ ਹੁੰਦੇ ਸਨ, ਔਰ ਅੱਜ ਤੱਕ ਉਹਨਾਂ ਦੇ ਗਾਣੇ ਵਿੱਚੋਂ ਬਹੁਤ ਵਾਰੀ ਜਮਲਾ ਸਾਹਿਬ ਦੀ ਝਲਕ ਨਜ਼ਰ ਆਉਂਦੀ ਹੈ। ਸੋ ਇਸੇ ਤਰ੍ਹਾਂ ਤੁਸੀਂ ਸੁਖਵਿੰਦਰ ਸਾਹਿਬ ਨੂੰ ਸ਼ੁਰੂ ਤੋਂ ਸੁਣਿਆ, ਬਹੁਤ ਸੁਣਿਆ ਭਾਈ, ਅਤੇ ਡੈਫਲੀ ਗੁਰਦਾਸ ਮਾਨ ਸਾਹਿਬ ਵਾਲੇ, ਇਹ ਕੀ ਸੁਮੇਲ ਹੈ? ਪਤਾ ਨਹੀਂ ਜੀ, ਉਹ ਵੀ ਬਹੁਤ ਵਧੀਆ ਕਲਾਕਾਰ ਨੇ। ਹਾਂ ਬਿਲਕੁਲ, ਉਹ ਵੀ ਬਹੁਤ ਵਧੀਆ ਨੇ। ਸੋ ਚੰਗਿਆਂ ਦੇ ਲੜ ਲੱਗੇ ਰਹੋ ਨਾ, ਚੰਗਾ ਮਿਊਜ਼ਿਕ ਸੁਣੋ, ਚੰਗੇ ਸਿੰਗਰਸ ਦੇ ਫਾਲੋਅਰ ਬਣੋ, ਤਾਂ ਆਪਣੇ ਆਪ ਅੰਦਰ ਕਲਾ ਹੋਰ ਨਿਖਰਦੀ ਹੈ। ਸੋ ਕਿਉਂਕਿ ਤੁਹਾਡਾ ਗਾਣਾ ਇੱਦਾਂ ਦਾ, ਜੇ ਤੁਹਾਨੂੰ ਪਰਦੇ ਦੇ ਪਿੱਛੇ ਸੁਣੀਏ ਤਾਂ ਇਹੀ ਲੱਗਦਾ ਕਿ ਸੁਖਵਿੰਦਰ ਗਾ ਰਿਹਾ। ਤੁਸੀਂ ਉਹਨਾਂ ਨੂੰ ਡਾਇਰੈਕਟ ਕਦੇ ਸੁਣਾਇਆ ਬੈਠ ਕੇ? ਮੈਂ ਇੱਕ ਵਾਰੀ ਗਾਇਆ ਸੀ ਜੀ, ਬਹੁਤ ਸਾਲ ਪਹਿਲਾਂ, ਅਤੇ ਬੜੇ ਖੁਸ਼ ਹੋਏ ਭਾਅ ਜੀ। ਔਰ ਉਸ ਟਾਈਮ 'ਤੇ ਉਹ 1.5 ਲੱਖ ਰੁਪਈਆ ਲੈਂਦੇ ਸੀ। ਵਾਹ ਵਾਹ। ਇਹ ਕੋਈ ਗੱਲ ਜਦੋਂ ਮੈਂ 97 ਦੀ ਗੱਲ ਹੈ ਜੀ। ਅੱਛਾ। ਅਤੇ ਉਹਨਾਂ ਦਾ ਜਿਹੜਾ ਐਡਵਾਂਸ ਜਿਹੜੀ ਉਹਨੇ ਪੇਮੈਂਟ ਲਈ ਹੋਣੀ, ਜਿਹੜੀ ਉਹਨਾਂ ਦੀ ਬੈਲੈਂਸ ਰਹਿੰਦੀ ਸੀ ਨਾ, ਉਹਨਾਂ ਦੇ ਕੋਲ ਸੀ 50-50 ਦੇ 100-100 ਦੇ ਨੋਟ। ਟਾਈਮ ਨਾਲ ਪਹੁੰਚ ਗਿਆ। ਜਦੋਂ ਮੈਂ ਡਫਲੀ ਦੇ ਨਾਲ ਉਹ ਗਾਣਾ ਸੁਣਾਇਆ ਨਾ, ਅੱਜ ਕੌਣ ਪਰਾਉਣਾ ਆਇਆ ਨਹੀਂ, ਫੁੱਲ ਖਿੜ ਗਏ ਨੇ ਸੂਹੇ, ਔਰ ਉਹ ਗਾਣਾ ਉਹਨਾਂ ਨੂੰ ਯਾਦ ਵੀ ਨਹੀਂ ਸੀ। ਫਿਰ ਕਹਿੰਦੇ ਮੈਨੂੰ ਲਿਖ ਕੇ ਦੇ ਦੇਈ, ਮੈਂ ਸਟੇਜ 'ਤੇ ਗਾਉਣਾ। ਜਦੋਂ ਮੈਂ ਗਾਣਾ ਗਾਇਆ ਤਾਂ ਮੈਨੂੰ ਯਾਦ ਨਹੀਂ ਕਿ 50-50 ਦੇ 100-100 ਦੇ ਨੋਟ ਉਹਨਾਂ ਨੇ ਮੇਰੇ ਅੱਗੇ ਰੱਖ ਦਿੱਤੇ। ਕਹਿੰਦੇ ਜਿੰਨੇ ਤੇਰੇ ਆ, ਜਿੰਨੇ ਚੱਕਣੇ ਚੱਕ ਲਾ। ਮੈਂ ਕਿਹਾ ਨਹੀਂ ਭਾਅ ਜੀ, ਇੱਦਾਂ ਨਹੀਂ। ਕਹਿੰਦੇ ਮੈਨੂੰ ਤੇਰੇ ਨਾਲ ਪਿਆਰ ਆ, ਤੂੰ ਵਾਕਿਆ ਹੀ ਕਹਿੰਦਾ ਇਹ ਚੀਜ਼ਾਂ ਸਿੱਖ ਕੇ ਆਉਂਦੀਆਂ, ਅਤੇ ਤੂੰ ਕਿੱਦਾਂ ਉਹਨੂੰ ਫਾਲੋ ਕਰਕੇ ਬਹੁਤ ਵਧੀਆ ਗਾਇਆ, ਮੈਨੂੰ ਉਹਨੇ ਆਸ਼ੀਰਵਾਦ ਦਿੱਤਾ ਸੀ ਸੁਖਵਿੰਦਰ ਸਾਹਿਬ ਨੇ। ਹਾਂਜੀ ਹਾਂਜੀ। ਸੋ ਦੋਸਤੋ, ਤੇਜੀ ਸੰਧੂ ਔਰ ਮੈਂ ਪਰਮਜੀਤ ਹੰਸ ਨਾਲੇ ਗੱਲਾਂ ਨਾਲੇ ਗੀਤ ਨਾਲ ਤੁਹਾਡੇ ਨਾਲ ਜੁੜੇ ਹਾਂ। ਸਟੂਡੀਓ ਦੇ ਨੰਬਰ 6447710-1575, ਤੁਸੀਂ ਕਾਲ ਵੀ ਕਰ ਸਕਦੇ ਹੋ। ਜੇਕਰ ਤੇਜੀ ਸਾਹਿਬ ਨਾਲ ਵੀ ਗੱਲਬਾਤ ਕਰਨੀ ਤਾਂ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਤੇਜੀ ਸਾਹਿਬ, ਭਾਰਤ ਦੇ ਵਿੱਚ ਜੀ, ਕਿਉਂਕਿ ਮੈਨੂੰ ਤਾਂ ਕਾਫੀ ਸਾਲ ਹੋ ਗਏ ਇੱਥੇ ਆਏ ਨੂੰ, ਅੱਜ ਕੱਲ੍ਹ ਕਿਉਂਕਿ ਸਮਾਂ ਤਾਂ ਚਲੋ ਬਦਲਦੇ ਆਇਆ, ਸ਼ੁਰੂ ਤੋਂ ਸਦੀਕ ਹੋਣਾ ਤੋਂ, ਸਦੀਕ ਸਾਹਿਬ ਤੋਂ ਪਹਿਲੋਂ ਜਾਂ ਉਹਨਾਂ ਤੋਂ ਬਾਅਦ 'ਚ ਸਮਾਂ ਬਦਲਦੇ ਆਇਆ ਸ਼ੁਰੂ ਤੋਂ, ਪਰ ਆਪਾਂ ਰਾਤੀ ਵੀ ਗੱਲ ਕਰਦੇ ਸੀ, ਪਰ ਐਤਕੀ ਜਿਹੜਾ ਸਮਾਂ ਬਦਲਿਆ ਸੰਗੀਤ ਦਾ ਅਤੇ ਫਿਲਮਾਂ ਦਾ, ਇੱਕੋਦਮ ਬਦਲਿਆ ਜੀ, ਪਤਾ ਹੀ ਨਹੀਂ ਲੱਗਾ ਕੀ ਹੋਇਆ। ਸੋ ਕੀ ਮਾਹੌਲ ਆ ਹੁਣ ਭਾਰਤ ਦੇ ਵਿੱਚ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਤੁਸੀਂ ਭਾਰਤ ਬਹੁਤ ਸੋਹਣਾ ਕਹਿੰਦੇ ਆ, ਪਹਿਲਾਂ ਤਾਂ ਮੈਂ ਇਹਦਾ ਜਵਾਬ ਦਊਂਗਾ ਕਿ ਤੁਸੀਂ ਹਿੰਦੁਸਤਾਨ ਵੀ ਕਹਿ ਸਕਦੇ ਸੀ, ਇੰਡੀਆ ਵੀ ਕਹਿ ਸਕਦੇ ਸੀ, ਪਰ ਜਿਹੜਾ ਪੁਰਾਤਨ ਨੇਮ ਹੈ ਸਾਡੇ ਇੰਡੀਆ ਦਾ ਉਹ ਭਾਰਤ ਹੈ, ਔਰ ਤੁਸੀਂ ਬਹੁਤ ਵਧੀਆ ਉਚਾਰਨ ਕਰਦੇ ਹਾਂ ਇਹਦਾ, ਸੋ ਮੈਨੂੰ ਬਹੁਤ ਵਧੀਆ ਲੱਗਾ। ਅਤੇ ਇੰਡੀਆ ਦਾ ਹੁਣ ਇੱਦਾਂ ਹੀ ਹੈ ਜੀ ਕਿ ਪੈਸਾ ਬਹੁਤ ਚਾਹੀਦਾ, ਇਹ ਹੁਣ ਸ਼ੌਂਕ ਨਹੀਂ ਰਹਿ ਗਿਆ ਕਿ ਸਾਡਾ ਮੁੰਡਾ ਸ਼ੌਂਕ ਨਾਲ ਗਾਉਂਦਾ ਅਤੇ ਉਹ ਕਿਤੇ ਪਹੁੰਚ ਜਾਏਗਾ ਕਿਸੇ ਮੰਜ਼ਿਲ 'ਤੇ, ਬੜਾ ਮੁਸ਼ਕਲ ਹੈ। ਆਸਾਨ ਜ਼ਰੂਰ ਹੈ ਵੀ ਤੁਸੀਂ ਪੈਸਾ ਲਾਓ, ਸੋਸ਼ਲ ਮੀਡੀਆ ਬੜਾ, ਸੋਸ਼ਲ ਮੀਡੀਆ 'ਤੇ ਵੀ ਤੁਹਾਨੂੰ ਤੁਹਾਡੇ ਖਿਆਲ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਮਸ਼ਹੂਰ ਹੋ ਜਾਂਦੀਆਂ, ਹੈ ਨਾ ਜੀ। ਅਤੇ ਇੱਕ ਪਰਫੈਕਟ ਕਲਾਕਾਰ ਫੇਮਸ ਹੋਣ ਲਈ ਹਰ ਵਾਰੀ ਤੁਹਾਨੂੰ 15 ਲੱਖ ਰੁਪਈਆ ਇੱਕ ਗਾਣੇ 'ਤੇ ਲਾਉਣਾ ਪੈਣਾ, ਅਤੇ 3 ਗਾਣੇ ਲਾਓਗੇ ਤਾਂ ਲੋਕਾਂ ਨੂੰ ਤਾਂ ਮਾੜੀ ਜਿਹੀ ਸ਼ਕਲ ਯਾਦ ਹੋਣੀ, ਅੱਛਾ ਉਹ ਫਲਾਣਾ। ਜੇ ਸਿੰਗਰ ਨੂੰ ਕੋਈ ਪਬਲਿਕਲੀ ਕਿਸੇ ਸਟੋਰ 'ਤੇ ਗਏ ਹੋ, ਜੇ ਕੋਈ ਬੰਦਾ ਉਹਨੂੰ ਪਛਾਣਦਾ ਹੀ ਨਹੀਂ, ਉਹ ਵੀ ਫਿਕਾਦਾ ਹੋਇਆ, ਹੈ ਨਾ, ਤਾਂ ਹਰ ਬੰਦਾ ਨਹੀਂ ਬਣ ਸਕਦਾ। ਸੋ ਇਹ ਤਾਂ ਕੁਦਰਤ ਹੀ ਹੈ, ਨੇਚਰ ਜਾਂ ਤਾਂ ਤੁਹਾਡੇ 'ਤੇ ਮਿਹਰਬਾਨ ਹੋਵੇ ਅਤੇ ਤੁਸੀਂ ਸਟਾਰ ਬਣ ਜਾਓ, ਹਿੱਟ ਹੋ ਜਾਓ। ਗਾਉਣਾ ਜਿਹੜਾ ਇਹ ਵੀ ਸਿਰਫ ਔਰ ਸਿਰਫ ਪੈਸੇ ਦੀ ਖੇਡ, ਪੈਸੇ ਦੀ ਖੇਡ ਹੈ ਜੀ। ਕਿਉਂਕਿ ਕੁਝ ਕਲਾਕਾਰ ਐਸੇ ਨੇ ਜਿਨ੍ਹਾਂ ਕੋਲ ਪੈਸਾ ਹੈ, ਗਾਣੇ ਦਾ ਉਹਨਾਂ ਗਾਉਣਾ ਆਵੇ ਨਾ ਆਵੇ ਕੋਈ ਮਤਲਬ ਨਹੀਂ। ਹਾਂਜੀ ਹਾਂਜੀ, ਉਹ ਸੁਪਰ ਡੁਪਰ ਹਿੱਟ ਨੇ ਇਸ ਵੇਲੇ, ਬਿਲਕੁਲ, ਕਿਉਂਕਿ ਉਹਨਾਂ ਜੋ ਦਿਖਦਾ ਉਹ ਵਿਕਦਾ ਹੈ, ਲੋਕਾਂ ਲਈ ਉਹੀ ਸਟਾਰ ਨੇ ਜਿਹੜੇ ਟੀਵੀ 'ਤੇ ਨੇ। ਬਸ ਬਸ, ਕੋਈ ਵਿਰਲੇ ਲੋਕ ਆ ਜਿਹੜੇ ਚੰਗੇ ਆਰਟਿਸਟ ਦੀ ਜਾ ਕੇ ਮਿਲਣਗੇ ਜਾਂ ਕਦਰ ਕਰਨਗੇ ਕਿ ਯਾਰ ਬਹੁਤ ਵਧੀਆ ਗਾਇਆ, ਉਹ ਕਹਿੰਦੇ ਵਧੀਆ ਗਾਇਆ ਟੀਵੀ 'ਤੇ ਆਉਂਦਾ ਨਹੀਂ, ਹੈ ਕਿ ਨਹੀਂ? ਸੋ ਜਿਹੜਾ ਟੀਵੀ 'ਤੇ ਆਏਗਾ ਨਾ ਉਹੀ ਸਟਾਰ ਹੈ। ਸੋ ਤੁਸੀਂ ਪੁੱਛਿਆ ਕਰੋ ਨਾ, ਤੁਸੀਂ ਟੀਵੀ ਕਿਹੜਾ ਤੁਹਾਡੇ ਕੋਲ? ਵਾਹ, ਸੈਮਸੰਗ ਦਾ ਨਹੀਂ, ਮੈਂ ਸੋਨੀ 'ਤੇ ਆਉਣਾ। ਸੋ ਦੋਸਤੋ, ਤੇਜੀ ਸੰਧੂ, ਅਸੀਂ ਐਕਚੁਅਲੀ ਇਹ ਇੰਟਰਵਿਊ ਨਹੀਂ ਹੋ ਰਿਹਾ ਸਾਡਾ, ਇੱਕ ਵੈਸੇ ਗੱਲਾਂ ਕਰ ਰਹੇ, ਪੋਸਟ ਕਰ ਰਹੇ ਤੁਹਾਡੇ ਨਾਲ, ਉੱਦਾਂ ਅੱਜ ਬੈਠੇ ਹਾਂ, ਔਰ ਜਿੰਨੇ ਵੀ ਇਸ ਟੀਵੀ ਨੂੰ ਦੇਖ ਰਹੇ ਹੋਣਗੇ ਉਹਨਾਂ ਸਾਰਿਆਂ ਨੂੰ ਦਿਲੋਂ ਰਿਸਪੈਕਟ ਹੈ,
ਰਿਕਾਰਡ ਹੈ ਕਿ ਤੁਸੀਂ ਸਾਡੀ ਪੰਜਾਬੀਅਤ ਨੂੰ ਸਾਡੇ ਭਾਰਤ ਨੂੰ ਇਸ ਕੰਟਰੀ ਵਿੱਚ ਬਹੁਤ ਵਧੀਆ ਰੁਤਬਾ ਦਵਾਇਆ, ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਤੇਜੀ ਸਾਹਿਬ ਦੀ ਖਾਸੀਅਤ ਇਹ ਕਿ ਇਹਨਾਂ ਦਾ ਬਹਿਣਾ ਉੱਠਣਾ, ਜਿਵੇਂ ਅੱਜ ਮੇਰੇ ਨਾਲ ਵੀ ਬੈਠੇ ਨੇ, ਬਹਿਣਾ ਉੱਠਣਾ ਬੜੇ ਅੱਛੇ ਅੱਛੇ ਲੋਕਾਂ ਨਾਲ ਆ। ਸੋ ਬਹੁਤ ਕਪਿਲ ਸ਼ਰਮਾ ਇਸ ਵੇਲੇ ਮਾਸ਼ਾਅੱਲਾ ਬਹੁਤ ਵੱਡਾ ਨਾਮ ਹੈ, ਹਾਂਜੀ ਹਾਂਜੀ, ਕੌਮੇਡੀ ਦੇ ਵਿੱਚ, ਔਰ ਉਹਨਾਂ ਦੇ ਬਹੁਤ ਜਿਗਰੀ ਯਾਰ ਨੇ ਇਹ। ਉਹਨਾਂ ਤੋਂ ਇਲਾਵਾ ਭੱਜੀ ਸਾਹਿਬ, ਤੁਹਾਡਾ ਹੱਥ ਵਾਰ ਵਾਰ ਇੱਥੇ ਜਾ ਰਿਹਾ, ਮੈਨੂੰ ਦੇਸ਼ ਤੋਂ ਗੱਲ ਯਾਦ ਆ ਗਿਆ। ਮਾਈ ਪਲੇਜ਼ਰ। ਸੋ ਥੋੜ੍ਹੀ ਜੀ ਭੱਜੀ ਸਾਹਿਬ ਦੇ ਇਸ ਪ੍ਰੋਡਕਟ ਬਾਰੇ ਵੀ ਥੋੜ੍ਹੀ ਜੀ ਗੱਲ ਕਰੋ। ਇਹ ਭੱਜੀ ਸਾਹਿਬ ਇੰਡੀਆ ਟੀਮ ਦੇ ਵਿੱਚ ਬਹੁਤ ਸਾਲ ਲਗਾਤਾਰ ਖੇਡ ਰਹੇ ਨੇ, ਉਹਨਾਂ ਦੀ ਬਾਲ ਦੇ ਵਿੱਚ ਇੱਕ ਜਾਦੂ ਹੈ, ਪਤਾ ਨਹੀਂ ਕਿੱਦਾਂ ਬਾਲ ਮਾਰਦੇ ਨੇ ਕਿ ਵਿਕਟਾਂ ਉਡਾ ਦਿੰਦੇ ਨੇ, ਹੈਟ੍ਰਿਕ ਬਣਾ ਦਿੰਦੇ ਆ, ਫਿਰਕੀ ਮੈਨ। ਸੋ ਉਹਨਾਂ ਨੇ ਫਿਰਕੀ ਗੇਂਦਬਾਜ਼ ਨੇ, ਸਾਡੇ ਜਲੰਧਰ ਦੀ ਸ਼ਾਨ ਨੇ, ਔਰ ਸਾਡੀ ਕਮਿਊਨਿਟੀ, ਸਾਡੀ ਕਮਿਊਨਿਟੀ ਦੇ ਇੱਕ ਰੋਲ ਮਾਡਲ ਨੇ ਹਰਭਜਨ ਸਿੰਘ। ਸੋ ਮੇਰੇ ਬੜੇ ਪਿਆਰੇ ਮਿੱਤਰ ਆ, ਮੇਰੇ ਪਹਿਲੇ ਗਾਣੇ ਦੇ ਵਿੱਚ ਐਜ਼ ਏ ਮਾਡਲ ਵੀ ਆਏ ਸੀ। ਸੋ ਇਹ ਟੀ ਸ਼ਰਟ ਉਹਨਾਂ ਦਾ ਇੱਥੇ ਸਟੋਰ ਖੁੱਲ੍ਹਿਆ ਟੋਰਾਂਟੋ ਦੇ ਵਿੱਚ, ਉੱਥੇ ਗਿਆ ਅਤੇ ਮੇਰੀ ਸਿਸਟਰ ਨੇ ਮੈਨੂੰ ਦਿੱਤੀ, ਮੈਂ ਉਸ ਦਿਨ ਦੀ ਫਿਰ ਜਦੋਂ ਮੇਰਾ ਦਿਲ ਕਰਦਾ ਮੈਂ ਪਾ ਲਾਂ, ਮੈਨੂੰ ਵਧੀਆ ਲੱਗਦਾ। ਅਤੇ ਭੱਜੀ ਸਾਹਿਬ ਨੇ ਇੱਕ ਬਹੁਤ ਵਧੀਆ ਅਕੈਡਮੀ ਖੋਲ੍ਹੀ ਹੈ ਜਲੰਧਰ ਦੇ ਵਿੱਚ, ਅਤੇ ਬਹੁਤ ਹੀ ਨਵੇਂ ਜਿਹੜੇ ਬੱਚੇ ਕ੍ਰਿਕਟ ਦੀ ਦੁਨੀਆ ਵਿੱਚ ਆਪਣਾ ਨਾਂ ਬਣਾਉਣਾ ਚਾਹੁੰਦੇ, ਉਹਨਾਂ ਨੂੰ ਬਕਾਇਦਾ ਕੋਚਿੰਗ ਮਿਲਦੀ ਹੈ ਪ੍ਰੋਪਰ ਵੇ ਦੇ ਨਾਲ। ਭੱਜੀ ਸਾਹਿਬ ਆਪ ਵੀ ਜਦੋਂ ਵਿਹਲੇ ਹੁੰਦੇ ਉਹਨਾਂ ਕੋਲ ਜਾਂਦੇ ਨੇ। ਸੋ ਇਹ ਉਹਨਾਂ ਨੇ ਭੱਜੀ ਸਪੋਰਟਸ ਨਾਂ ਦਾ ਇੱਕ ਬ੍ਰਾਂਡ ਰੈਡੀ ਕੀਤਾ, ਜਿਹੜਾ ਕਿ ਬਹੁਤ ਮਹਿੰਗਾ ਵੀ ਨਹੀਂ ਹੈਗਾ, ਔਰ ਜਿਹੜੇ ਮਹਿੰਗੇ ਬ੍ਰਾਂਡ ਆ ਉਹਨਾਂ ਤੋਂ ਜ਼ਿਆਦਾ ਕੁਆਲਿਟੀ ਹੈ ਇਹਦੀ। ਮੈਂ ਕਿਹਾ ਸ਼ਾਇਦ ਕਹਿਣ ਲੱਗੇ ਬਹੁਤਾ ਮਹਿੰਗਾ ਵੀ ਨਹੀਂ ਹੈਗਾ ਤੇ ਬਹੁਤਾ ਸਸਤਾ ਵੀ ਨਹੀਂ ਹੈਗਾ। ਸੋ ਰੀਅਲੀ ਮੈਂ ਵੀ ਗਿਆ ਸੀ ਉੱਥੇ, ਅਸੀਂ ਕਿਉਂਕਿ ਗੱਲਾਂ 'ਚੋਂ ਗੱਲ ਨਿਕਲ ਆਉਂਦੀ ਹੈ, ਉਹਨਾਂ ਦਾ ਬਾਰ ਬਾਰ ਹੱਥ ਇੱਥੇ ਜਾ ਰਿਹਾ ਸੀ, ਕੋਈ ਉਸੀ ਸਟੋਰ ਦੀ ਪਬਲਿਸਿਟੀ ਨਹੀਂ ਕਰ ਰਿਹਾ, ਸਾਡਾ ਭਰਾ ਆ ਉਹ, ਅਸੀਂ, ਸਾਡਾ ਫਰਜ਼ ਬਣਦਾ ਕਿ ਜਿਹਨੇ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਕੀਤਾ ਹੋਇਆ ਕ੍ਰਿਕਟ ਦੇ, ਕ੍ਰਿਕਟ ਖੇਡ ਕੇ ਔਰ ਦੁਨੀਆ ਸਲਾਮਾ ਕਰਦੀ, ਸਾਡਾ ਦਿਲ ਕਰਦਾ ਕਿ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਵੇ। ਸੋ ਭੱਜੀ ਸਾਹਿਬ ਤੁਸੀਂ ਕਮਾਲ ਕਰਤੀ, ਔਰ ਸਾਡੇ ਵੱਲੋਂ ਸਲੂਟ ਤੁਹਾਨੂੰ। ਸੋ ਤੁਸੀਂ ਕਪਿਲ ਸਾਹਿਬ ਦੇ ਸ਼ੋਅ ਦੇ ਵਿੱਚ ਵੀ ਆਏ ਸੀ। ਹਾਂਜੀ, ਮੈਂ ਜਦੋਂ ਇੱਕ ਸ਼ੋਅ ਸ਼ੁਰੂ ਹੋਇਆ ਨਾ ਜੀ, ਕਮੇਡੀ ਨਾਈਟਸ ਵਿਦ ਕਪਿਲ, ਸੋ ਉਹਦਾ 16ਵਾਂ ਕਿ 17ਵਾਂ ਐਪੀਸੋਡ ਸੀਗਾ, ਜਿੱਦਾਂ ਹੀ ਧਰਮਿੰਦਰ ਸਾਹਿਬ ਨੇ ਸ਼ੁਰੂਆਤ ਕੀਤੀ ਉਹ ਸ਼ੋਅ ਦੀ, ਸ਼ੋਅ ਡੇ ਬਾਈ ਡੇ ਆ ਸੁਪਰ ਹਿੱਟ ਸ਼ੋਅ ਹੋ ਗਿਆ ਦੁਨੀਆ ਦਾ। ਸੋ ਫਿਰ ਉਹਦੇ ਵਿੱਚ ਪਹਿਲੀ ਵਾਰੀ ਜਦੋਂ ਸ਼ਾਹਰੁਖ ਖਾਨ ਸਾਹਿਬ ਆਏ, ਅਤੇ ਕਪਿਲ ਉੱਦਾਂ ਮੈਂ ਵੀ ਨਾਲ ਸ਼ੂਟ 'ਤੇ ਗਿਆ ਸੀ, ਮੈਂ ਹਮੇਸ਼ਾ ਨਾਲ ਹੁੰਦਾ ਸੀ ਕਪਿਲ ਦੇ, ਅਤੇ ਉਹ ਕਹਿੰਦਾ ਕਿ ਅੱਜ ਸ਼ਾਹਰੁਖ ਖਾਨ ਨੇ ਆਉਣਾ ਅਤੇ ਤੂੰ ਛਈਆਂ ਛੀਆਂ ਵੀ ਵਧੀਆ ਗਾਉਂਦਾ, ਹੌਲੇ ਹੌਲੇ ਹੋ ਜਾਏਗਾ ਪਿਆਰ ਵੀ ਤੇਰਾ ਵਧੀਆ, ਉਹਦੀਆਂ ਫਿਲਮਾਂ ਦੇ ਗਾਣੇ ਆ, ਤੂੰ ਗਾਉਣਾ ਚਾਹੂੰਗਾ ਉਹਦੇ ਵਿੱਚ ਸ਼ੋਅ ਦੇ ਵਿੱਚ ਨਾਲ। ਮੈਂ ਕਿਹਾ ਕਿਉਂ ਨਹੀਂ ਯਾਰ, ਨੇਕੀ ਔਰ ਪੂਛ ਪੂਛ, ਮੈਂ ਕਿਹਾ ਜ਼ਰੂਰ। ਸੋ ਫਿਰ ਮੈਂ ਉਹ ਸ਼ੋਅ ਦੇ ਵਿੱਚ ਪਰਫੋਰਮ ਕੀਤਾ, ਪਹਿਲਾ ਸਿੰਗਰ ਸੀਗਾ ਮੈਂ ਜਿਹੜਾ ਉਸ ਸ਼ੋਅ ਦੇ ਵਿੱਚ ਆ, ਨਹੀਂ ਤਾਂ ਕਮੇਡੀਅਨ ਜਾਂ ਹੀਰੋ ਆ ਰਹੇ ਸੀ। ਸੋ ਮੇਰੇ ਤੋਂ ਬਾਅਦ ਫਿਰ ਮੀਕਾ ਭਾਅ ਜੀ, ਫਿਰ ਸੋਨੂ ਨਿਗਮ, ਸੁਨਿਧੀ ਚੌਹਾਨ, ਫਿਰ ਇੱਦਾਂ ਸਾਰੇ ਆਏ ਨੇ। ਸੋ ਮੈਂ ਹੰਸ ਭਾਅ ਜੀ ਹੁਣ ਆਏ ਲੇਟੈਸਟ, ਯੈਸ ਯੈਸ, ਹੰਸ ਭਾਅ ਜੀ ਉਹਨਾਂ ਦਾ ਬੇਟਾ ਨਵਰਾਜ, ਔਰ ਮੈਨੂੰ ਬਹੁਤ ਵਧੀਆ ਲੱਗਾ ਉਹ ਐਪੀਸੋਡ, ਮਜ਼ੇਦਾਰ ਇਸ ਸ਼ੋਅ ਦੇ ਵਿੱਚ ਦਾ, ਕਪਿਲ ਸ਼ਰਮਾ ਸ਼ੋਅ ਦੇ ਵਿੱਚ। ਤੁਸੀਂ ਕਿਹੜਾ ਗੀਤ ਸੁਣਾਉਣਾ ਚਾਹੁੰਦੇ? ਮੈਂ ਮੇਰਾ ਇੱਕ ਗਾਣਾ ਇਹਨਾਂ ਕੋਲ ਪਿਆ ਹੋਣਾ ਜੀ, ਇੱਕ ਗੀਤ ਮੈਂ ਪਿਛਲੇ ਤੋਂ ਪਿਛਲੇ ਸਾਲ ਇੱਥੇ ਹੀ ਸ਼ੂਟ ਕੀਤਾ ਸੀ, ਕਰ ਲਓ ਪਿਆਰ ਪੋਤੇ ਪੋਤੀ ਉਹ ਦਾਦੇ ਦਾਦੀਆਂ ਨਹੀਂ ਲੱਭਦੇ, ਅਤੇ ਉਹ ਗੀਤ ਮੈਂ ਚਾਹਾਂਗਾ ਕਿ ਟੋਰਾਂਟੋ ਵਾਸੀਆਂ ਨੇ ਪਹਿਲਾਂ ਮੈਂ ਬੜਾ ਪਿਆਰ ਦਿੱਤਾ, ਜੇ ਅੱਜ ਦੇਖਣਗੇ ਤਾਂ ਹੋਰ ਉਹਨਾਂ ਨੂੰ ਚੰਗਾ ਲੱਗੇਗਾ, ਕਿਉਂਕਿ ਇੱਕ ਪਰਿਵਾਰਕ ਸਾਂਝ ਦੀ ਗੱਲ ਹੈ, ਦਾਦੇ ਦਾਦੀਆਂ ਦੀ ਗੱਲ ਹੈ। ਅਤੇ ਲਓ ਫਿਰ ਮਾਣਦੇ ਇਸ ਗੀਤ ਨੂੰ, ਔਰ ਉਸ ਤੋਂ ਬਾਅਦ ਹੋਰ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਸਭ ਦੇ ਇੱਕ ਵਾਰ ਤੁਰ ਜਾਣ ਜੇ ਮਾਪੇ ਫਿਰ ਨਹੀਂ ਲੱਭਦੇ, ਕਰਦੇ ਤਾਲੇ ਹੁੰਦੇ ਲੋਕੋ ਮਾਂ ਬਾਪ ਸਭ ਦੇ ਇੱਕ ਵਾਰ ਤੁਰ ਜਾਣ ਜੇ ਮਾਪੇ ਫਿਰ ਨਹੀਂ ਲੱਭਦੇ, ਮਾਪੇ ਚਾਹੁੰਦੇ ਰਹਿਣ ਸਦਾ, ਮਾਪੇ ਚਾਹੁੰਦੇ ਰਹਿਣ ਸਦਾ, ਮਾਪੇ ਚਾਹੁੰਦੇ ਕਰ ਲੋ ਪਿਆਰ ਪੋਤੇ ਪੋਤੀਓ ਦਾਦੇ ਦਾਦੀਆਂ ਨਹੀਂ ਲੱਭਦੇ, ਕਰ ਲੋ ਪਿਆਰ ਪੋਤੇ ਪੋਤੀਓ ਦਾਦੇ ਦਾਦੀਆਂ ਨਹੀਂ ਲੱਭਦੇ, ਦਾਦਾ ਦਾਦੀ ਕੋ ਦਿਲ ਵੇ ਦਾਦਾ ਦਾ
ਸਭ ਦੇ ਕਰ ਲੋ ਪਿਆਰ ਪੋਤੇ ਪੋਤੀਓ ਦਾਦੇ ਦਾਦੀਆਂ ਨਹੀਂ ਲੱਭਦੇ ਕਰ ਲੋ ਪਿਆਰ ਦੋਤੇ ਦੋਤੀਓ ਨਾਨੇ ਨਾਨੀਆਂ ਨਹੀਂ ਲੱਭਦੇ ਪਿਆਰ ਪੋਤੇ ਪੋਤੀਓ ਦਾਦੇ ਦਾਦੀਆਂ ਨਹੀਂ ਲੱਭਦੇ ਕਰ ਲੋ ਪਿਆਰ ਪੋਤੇ ਪੋਤੀਓ ਦਾਦੇ ਦਾਦੀਆਂ ਨਹੀਂ ਲੱਭਦੇ ਦੋਸਤੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਪ੍ਰੋਗਰਾਮ ਨਾਲੇ ਗੱਲਾਂ ਨਾਲੇ ਗੀਤ ਦੇ ਵਿੱਚ। ਤੇਜੀ ਸੰਧੂ ਜੀ ਦਾ ਇਹ ਗੀਤ ਮੈਨੂੰ ਪਰਸਨਲੀ ਬੜਾ ਪਸੰਦ ਹੈ ਕਿਉਂਕਿ ਇਸ ਗੀਤ ਦੇ ਵਿੱਚ ਤੁਹਾਡੇ ਰਿਸ਼ਤੇ ਨਾਤੇ ਦੀ ਗੱਲ ਕੀਤੀ ਗਈ ਹੈ ਔਰ ਅੱਜ ਕੱਲ੍ਹ ਰਿਸ਼ਤੇ ਨਾਤੇ ਮੈਂ ਇਹ ਬੜਾ ਸੋਚਦਾ ਹਾਂ ਤੇਜੀ ਸਾਹਿਬ ਕਿ ਯਾਰ ਬੜੀ ਕੁਛ ਟੈਕਨੋਲੋਜੀ ਅੱਜ ਕੱਲ੍ਹ ਆ ਗਈ ਹੈ, ਚਲੋ ਸ਼ਾਇਦ ਸਮੇਂ ਦੀ ਜ਼ਰੂਰਤ ਵੀ ਹੈ, ਹਾਂਜੀ, ਪਰ ਉਹ ਇਹਨੂੰ ਇਸ ਚੀਜ਼ ਨੇ ਜੋੜਨ ਦੀ ਬਜਾਏ ਕਿਉਂਕਿ ਜਦੋਂ ਬਹੁਤ ਦੇਸੀ ਫੋਨ ਹੁੰਦੇ ਸਨ ਮੇਰੇ ਖਿਆਲ ਉਹ ਚੀਜ਼ਾਂ ਲੋਕਾਂ ਨੂੰ ਜੋੜਦੀਆਂ ਸੀਗੀਆਂ, ਜਿਹੜੇ ਅੱਜ ਕੱਲ੍ਹ ਸਮਾਰਟ ਫੋਨ ਆ ਗਏ ਨੇ, ਵੱਡੀਆਂ ਵੱਡੀਆਂ ਚੀਜ਼ਾਂ ਹਰ ਚੀਜ਼ ਪਤਾ ਨਹੀਂ ਕੀ ਉਹਨੇ ਹੋਰ ਜ਼ਿਆਦਾ ਦੂਰ ਨਹੀਂ ਕਰ ਦਿੱਤਾ। ਯੈਸ ਯੈਸ, ਕਿਉਂਕਿ ਮੈਂ ਦੇਖਦਾ ਜਦੋਂ ਜੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ 10 ਜਣੇ ਬੈਠੇ, 5 ਜਣੇ ਘਰ ਦੇ ਮੈਂਬਰ ਟੈਲੀਵਿਜ਼ਨ ਵੀ ਦੇਖ ਰਹੇ ਹੋ, ਹਰ ਬੰਦਾ ਉਹਦਾ ਟੈਲੀਵਿਜ਼ਨ ਵੀ ਨਹੀਂ, ਉਹਦੇ ਵਿੱਚ ਵੀ ਨਹੀਂ ਧਿਆਨ, ਤੁਹਾਡਾ ਆਪਣੇ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਿਆਨ ਨਹੀਂ ਪੂਰਾ, ਵੀ ਤੁਸੀਂ ਟਿਕ 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 ਜੇ ਉੱਥੇ ਕਮਰਸ਼ੀਅਲ ਆਉਂਦੇ ਟਿਕਟ ਹਰ ਬੰਦੇ ਨੇ। ਮੈਂ ਕਈ ਵਾਰੀ ਹੱਸਦਾ ਹੁੰਦਾ ਹੰਸ ਜੀ, ਹਾਂ, ਕਿ ਕਿਸੇ ਦੇ ਘਰ ਚੱਲ ਜਾਓ, ਹਾਂਜੀ, ਅੱਗੇ ਵੀ ਫੈਮਿਲੀ ਫੋਨ ਤੇ ਬਿਜ਼ੀ ਹੈ, ਜਿਹੜਾ ਆਇਆ ਉਹ ਵੀ ਬਿਜ਼ੀ ਹੈ, ਚਾਹ ਕਿਹੜੇ ਵੇਲੇ ਬਣੀ, ਹਾਂ, ਕਦੋਂ ਪੀਤੀ ਚਾਹ, ਨਾ ਕੀ ਖਾਧਾ, ਕਿਸੇ ਨੂੰ ਯਾਦ ਨਹੀਂ, ਕਿਸੇ ਨੂੰ ਯਾਦ ਨਹੀਂ, ਪਤਾ ਨਹੀਂ ਹੁੰਦਾ। ਸੋ ਇਹ ਟੈਕਨੋਲੋਜੀ ਕਿੱਥੇ ਤੱਕ ਲੈ ਕੇ ਜਾਏਗੀ ਸਾਨੂੰ, ਅਜੇ ਪਤਾ ਨਹੀਂ ਕੀ ਹੋਣਾ ਜੀ। ਦੇਖੋ ਕਿੱਥੋਂ ਰਿਕਾਰਡ ਹੁੰਦੇ ਸੀ, LP ਰਿਕਾਰਡ ਆਏ, ਕੈਸਟਾਂ ਆਈਆਂ, ਕੈਸਟਾਂ ਤੋਂ ਬਾਅਦ CDs ਆ ਗਈਆਂ, DVD ਆ ਗਈਆਂ, ਹੁਣ ਪੈਨ ਡਰਾਈਵ ਆਈ ਸੀ, ਹੁਣ ਦੇਖੋ ਕੀ ਆਉਂਦਾ, ਪਤਾ ਨਹੀਂ ਕੀ ਆਈ ਜਾਣਾ। ਸੋ ਦੋਸਤੋ, ਫੇਸਬੁੱਕ 'ਤੇ ਵੀ ਤੁਸੀਂ ਬਹੁਤ ਸਾਰੇ ਸਾਡੇ ਨਾਲ ਜੁੜੇ ਹੋਏ, ਤੁਹਾਡੀ ਫਰਮਾਇਸ਼ਾਂ ਵੀ ਸੀ ਕੁਝ, ਕਹਿੰਦੇ ਕੋਈ ਕੌਣ ਪਰਾਉਣਾ ਆਇਆ ਅੱਜ, ਕੌਣ ਪਰਾਉਣਾ ਆਇਆ ਨਹੀਂ, ਫੁੱਲ ਖਿੜ ਗਏ ਨੇ ਸਵੇਰ, ਸਾਡਾ ਦੂਰਦਰਸ਼ਨ ਦਾ ਨਿਊ ਈਅਰ ਸ਼ੋਅ ਸੀ, ਉਹਦੇ ਵਿੱਚ ਟਾਈਟਲ ਸੌਂਗ ਸੀਗਾ ਸੁਖਵਿੰਦਰ ਭਾਜੀ ਦਾ, ਸਾਡਾ ਬਹੁਤ ਹੈਪੀ ਅਰਮਾਨ, ਵੈਲਕਮ ਵੀਰ ਜੀ ਆਇਆਂ ਨੂੰ, ਇਹ ਵੀ ਬਹੁਤ ਪਿਆਰਾ ਗਵਾਈਆ ਆਪਣਾ, ਅੱਛਾ ਮੁੰਡਾ ਆ। ਅਤੇ ਅੱਜ ਕੌਣ ਪਰਾਉਣਾ ਆਇਆ ਨੀ, ਫੁੱਲ ਖਿੜ ਗਏ ਨੇ ਸੂਹੇ, ਅੱਜ ਕੌਣ ਪਰਾਉਣਾ ਆਇਆ ਨੀ, ਕੌਣ ਪਰਾਉਣਾ ਆਇਆ ਨੀ, ਫੁੱਲ ਖਿੜ ਗਏ ਨੇ ਸੂਹੇ, ਫੁੱਲ ਖਿੜ ਗਏ ਨੇ ਸੂਹੇ, ਅੱਜ ਝਾਂਜਰ ਚਣਕੀ ਧਰਤੀ ਦੀ ਅੰਬਰਾਂ ਦੇ ਬੂਹੇ, ਅੱਜ ਕੌਣ ਪਰਾਉਣਾ, ਇੰਨਾ ਕੀ ਯਾਦ ਹੈ, ਕਿਉਂਕਿ ਬੜੇ ਸਾਲਾਂ ਬਾਅਦ ਦਿਨ ਮੈਂ ਅੱਜ ਗਾਇਆ ਗੀਤ ਹੈ। ਸੋ ਮੈਨੂੰ ਵਧੀਆ ਲੱਗਾ ਸੀ ਜਦੋਂ ਮੈਂ ਗਾਇਆ ਪਹਿਲੀ ਵਾਰੀ ਹੈ, ਔਰ ਬਖੂਬੀ ਮੈਨੂੰ ਕਾਲਜਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਹੁਤ ਪਰਫੋਰਮ ਕਰਨ ਦਾ ਮੌਕਾ ਮਿਲਿਆ ਜਦੋਂ ਮੈਂ ਪੜ੍ਹਦਾ ਸੀ। ਮੈਨੂੰ ਯਾਦ ਹੈ ਕਿ ਉਸ ਟਾਈਮ 'ਤੇ ਸਤਿੰਦਰ ਸੱਤੀ ਜਿਹੜੀ ਹੈ ਉਹ ਯੂਨੀਵਰਸਿਟੀ 'ਚ ਹੁੰਦੀ ਸੀ, ਉਹ ਸਾਡੀ ਹੋਸਟ ਹੁੰਦੀ ਸੀ, ਸ਼ੋਅ ਜਿਹੜਾ ਯੂਥ ਫੈਸਟੀਵਲ ਚੱਲਦਾ ਸੀਗਾ, ਅਤੇ ਉਹਦੇ ਵਿੱਚ ਉਹ ਸਾਡੇ ਐਂਕਰ ਹੁੰਦੇ ਸੀ ਅਤੇ ਆਪਾਂ ਉੱਥੇ ਪਰਫੋਰਮ ਕਰਦੇ ਸੀ। ਕਿਆ ਬਾਤ। ਸੋ ਤੁਸੀਂ ਬਕਾਇਦਾ ਸਿੱਖਿਆ ਕਿਸੇ ਕੋਲੋਂ ਸੰਗੀਤ, ਆਈ ਮੀਨ ਕਿ ਉਸਤਾਦ ਤੁਹਾਡੇ? ਜੀ ਜੀ ਜੀ, ਮੇਰੇ ਉਸਤਾਦ ਜੀ RP ਰਾਣਾ ਜੀ ਨਕੋਦਰ ਤੋਂ,
ਰਜਿੰਦਰ ਪਾਲ ਰਾਣਾ ਜੀ ਰੇਡੀਓ 'ਤੇ ਨੇ। ਸੋ ਬਹੁਤ ਹੀ ਵਧੀਆ ਕਲੀਅਰ ਕੰਠ ਦੇ ਵੀ ਉਹੀ ਉਸਤਾਦ ਨੇ ਔਰ ਲੈਂਬਰ ਹਸੈਨਪੁਰੀ ਹੋਣਾ ਦੇ ਵੀ ਉਹੀ ਉਸਤਾਦ ਨੇ। ਸੋ ਥੋੜ੍ਹਾ ਬਹੁਤਾ ਜਿੰਨਾ ਮੈਂ ਉਹਨਾਂ ਤੋਂ ਉਹਨਾਂ ਦੀ ਸੰਗਤ ਕਰ ਸਕਿਆ ਹੋਈ। ਫਿਰ ਮੈਂ ਡੀ ਏ ਵੀ ਅੰਮ੍ਰਿਤਸਰ ਪੜ੍ਹਦਾ ਸੀ ਜਦੋਂ, ਉਦੋਂ ਮੈਂ ਸੁਖਵਿੰਦਰ ਹੋਣਾ ਦੇ ਡੈਡੀ ਹੋਣਾ ਦੇ ਕੋਲ ਵੀ ਬਹੁਤ ਜਾਂਦਾ ਰਿਹਾ। ਉਹਨਾਂ ਦਾ ਵੀ ਬੜਾ ਆਸ਼ੀਰਵਾਦ ਰਿਹਾ ਮੇਰੇ ਸਿਰ 'ਤੇ। ਸੋ ਇੱਦਾਂ ਵੱਡਿਆਂ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਡੇ ਬਾਏ ਡੇ ਤੁਰੇ ਫਿਰਦੇ। ਹੁਣ ਤਾਂ ਕਿੰਨੇ ਗਾਣੇ ਤੇਜੀ ਸਾਹਿਬ ਤੁਹਾਡੇ ਆ ਚੁੱਕੇ? ਮੇਰੇ 40-45 ਸੌਂਗ ਆਏ ਨੇ ਜਿਹਦੇ ਵਿੱਚੋਂ 10-12 ਵੀਡੀਓ ਬਣੇ ਜਿੰਨੇ ਕੁ ਆਪਾਂ ਬਣਾ ਸਕਦੇ ਸੀ। ਸੋ ਇਹ ਤਾਂ ਹੁਣ ਪਬਲਿਕ ਦੇ ਆ ਵੀ ਉਹ, ਪਰ ਪਬਲਿਕ ਆਉਂਦੀ ਹੈ ਬਹੁਤ ਵੱਡਾ ਵੀਡੀਓ ਚਾਹੀਦਾ। ਕਈ ਵਾਰੀ ਐਵੇਂ ਵੀ ਸੋਹਣੇ ਵੀਡੀਓ ਬਣੇ ਹੋਏ ਨੇ ਜਿੰਨੇ, ਮੇਰੇ ਗਾਣੇ ਸੋਹਣੇ ਆ, ਮੈਨੂੰ ਪਸੰਦ ਆ, ਮੇਰੇ ਗਾਣੇ ਬਹੁਤ ਵਧੀਆ ਲੋਕਾਂ ਨੇ, ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਬਹੁਤ ਵਧੀਆ ਲੱਗਦੇ। ਇਹੀ ਦੁੱਖ ਅੱਜ ਕੱਲ੍ਹ ਹੋ ਗਿਆ ਕਿ ਵੀਡੀਓ ਵੱਡੀ ਬਣੀ ਹੋਣੀ ਚਾਹੀਦੀ ਹੈ, ਬੋਲ ਕੀ ਆ ਗਾਣੇ ਦੇ, ਸੰਗੀਤ ਕੀ, ਉਹਦੇ ਉਹ ਮੇਰਾ ਖਿਆਲ ਹੈ ਕਿ ਕੰਮ ਖਰਾਬ ਜਿਹਾ ਹੁੰਦਾ, ਦੁੱਖ ਵਾਲੀ ਗੱਲ ਹੈ। ਪਰ ਕੀ ਕਰ ਸਕਦੇ, ਸਮੇਂ ਦੇ ਨਾਲ ਸਾਰਾ ਕੁਛ ਬਦਲ ਰਿਹਾ। ਔਰ ਜਿਹੜੀ ਨਵੀਂ ਜਨਰੇਸ਼ਨ, ਅਸੀਂ ਵੀ ਇੱਥੇ ਜਦੋਂ ਮੈਂ ਬਹੁਤ 10-12-14 ਸਾਲ ਤੋਂ ਇੱਥੇ ਕੈਨੇਡਾ, ਬੜੇ ਸ਼ੋਅ ਕੀਤੇ ਨੇ ਲਾਈਵ, ਸਾਡੇ ਨਾਲ ਵੀ ਪੂਰਾ ਔਰਕੈਸਟਰਾ ਹੁੰਦਾ ਸੀਗਾ, 8-10 ਮੁੰਡੇ ਕੁੜੀਆਂ ਹੁੰਦੇ ਸਾਡੇ ਗਰੁੱਪ ਦੇ ਵਿੱਚ ਮਜੀਸ਼ੀਅਨ ਲਾਈਵ। ਪਰ ਸਮਾਂ ਬਦਲ ਗਿਆ, ਹੁਣ ਅਸੀਂ ਵੀ ਇੱਕ ਪੈਨ ਡਰਾਈਵ ਦੇ ਵਿੱਚ ਗਾਣੇ ਲੈ ਜਾਓ ਅਤੇ ਨਾਲ ਨਾਲ ਆਪਣੇ ਟਰੈਕ ਦੇ ਗਾਈ ਜਾਓ। ਲੋਕਾਂ ਨੂੰ ਇਹ ਬੀਟ ਚਾਹੀਦੀ ਕਿ ਅਸੀਂ ਜਿਹੜਾ ਘੰਟਾ ਦੋ ਡੇਢ ਦੋ ਘੰਟਾ ਹੈਗਾ ਉਹਦੇ ਵਿੱਚ ਅਸੀਂ ਨਵੇਂ ਨਵੇਂ ਗਾਣਿਆਂ ਨਾਲ ਨੱਚ ਸਕੀਏ, ਕਿਉਂਕਿ ਨਹੀਂ ਤਾਂ ਡੀ ਜੇ ਜਦੋਂ ਡੀ ਜੇ ਆ ਜਾਂਦਾ ਜਿੱਥੇ, ਫਿਰ ਉਹ ਜਿੱਡਾ ਮਰਜ਼ੀ ਸਟਾਰ ਹੋਵੇ ਉਹਨੂੰ ਘੰਟਾ ਗਵਾ ਕੇ ਬਾਅਦ 'ਚ ਡੀ ਜੇ ਜ਼ਰੂਰ ਲਾਉਂਦੇ ਆ। ਬਿਲਕੁਲ ਸੱਚੀ ਗੱਲ, ਸਵਾਲ ਚੱਕਰਿਆ। ਸੋ ਅਸੀਂ ਇਸੇ ਕਰਕੇ ਇਹ ਸਿਲਸਿਲਾ ਸ਼ੁਰੂ ਕੀਤਾ। ਹੁਣ ਕਈ ਵਾਰੀ ਜਦੋਂ ਅਸੀਂ ਹੁਣ ਪੈਨ ਡਰਾਈਵ ਲਾਉਂਦੇ, ਹੈਵੀ ਮਿਊਜ਼ਿਕ ਕੀਤਾ ਹੋਇਆ, ਜਿਹੜੇ ਗਿਣਾ ਚਾਹੇ ਉਹਨਾਂ ਨੂੰ ਪਤਾ ਹੁੰਦਾ ਡੀ ਜੇ ਚੱਲ ਰਿਹਾ ਕੀ ਹੈ। ਸੋ ਸਮੇਂ ਦੇ ਨਾਲ ਨਾਲ ਬਦਲਣਾ ਪੈ ਰਿਹਾ ਸਾਰੇ, ਕੁਛ ਹੀ ਕਲਾਕਾਰਾਂ ਨੇ ਟ੍ਰੈਂਡ ਇਹ ਸ਼ੁਰੂ ਕਰਤਾ ਕਿ ਲਾਈਵ ਨੂੰ ਡੀ ਜੇ ਦੇ ਵਾਂਗ ਨਾ ਗਾਓ ਅਤੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਸੋ ਤੁਸੀਂ ਆਉਣ ਵਾਲੇ ਪ੍ਰੋਜੈਕਟਸ ਬਾਰੇ ਕੀ ਕਹਿ ਰਹੇ ਹੋ? ਆਉਣ ਵਾਲੇ ਮੇਰੇ 1-2 ਗਾਣੇ ਪਲੈਨ ਨੇ। ਇੱਕ ਅੱਧਾ ਵੀਡੀਓ ਮੈਂ ਇੱਥੇ ਕੈਨੇਡਾ 'ਚ ਵੀ ਸ਼ੂਟ ਕਰਕੇ ਜਾਊਂਗਾ ਔਰ ਇੱਕ ਸੌਂਗ ਮੈਂ ਉੱਦਾਂ ਮੈਂ ਬੜੀ ਵਾਰੀ ਗਾਇਆ ਵੀ ਹੈ ਪਰ ਮੈਂ ਅੱਜ ਸੁਣਾਊਂਗਾ ਨਹੀਂ ਕਿਉਂਕਿ ਹੁਣ ਮੈਂ ਚਾਹੁੰਦਾ ਕਿ ਉਹਦਾ ਵੀਡੀਓ ਕਰਕੇ ਪ੍ਰੋਪਰ ਔਰ ਉਹਦੇ ਵਿੱਚ ਵੀ ਮੇਰੇ ਨਾਲ ਹਰਭਜਨ ਸਿੰਘ ਭੱਜੀ ਹੋਣੀ ਸਪੋਰਟ ਕਰਨਗੇ। ਸੋ ਉਹਨੂੰ ਵਧੀਆ ਲੈਵਲ ਦਾ ਇੱਕ ਵਧੀਆ ਇੱਕ ਪਰਿਵਾਰਕ ਗਾਣਾ ਕਰਾਂਗੇ ਬਟ ਇੱਕ ਕਮਰਸ਼ੀਅਲ ਵੀ ਕਰਾਂਗੇ। ਇਸ ਤਰ੍ਹਾਂ 2-3 ਵੀਡੀਓ ਮੇਰੇ ਪਲੈਨ ਹੋ ਰਹੇ ਵਧੀਆ। ਸੋ ਦੋਸਤੋ ਬਹੁਤ ਸਾਰੇ ਸ਼ੋਅ ਸਾਡੇ ਟੋਰਾਂਟੋ ਦੇ ਵਿੱਚ ਹੋ ਰਹੇ ਨੇ, ਬਹੁਤ ਤਕਰੀਬਨ ਸਾਰੇ ਦੇ ਸਾਰੇ ਜਿਹੜੇ ਕਲਾਕਾਰ ਨੇ ਅੱਜ ਕੱਲ੍ਹ ਟੋਰਾਂਟੋ ਆਏ ਹੋਏ ਨੇ। ਚੰਗੀ ਗੱਲ ਵੀ ਹੈ, ਪੈਂਦੇ ਭਾਰਤ ਦੇ ਵਿੱਚ ਗਰਮੀ ਵੀ ਬੜੀ ਪੈ ਰਹੀ ਹੈ ਔਰ ਤੁਸੀਂ ਥੋੜ੍ਹਾ ਇੱਥੇ ਠੰਡੇ ਮੁਲਕਾਂ ਦੇ ਵਿੱਚ ਕਿਹੜੀ ਸ਼ੀਰੀ ਵੀ ਹੁੰਦੇ, ਪੈਸੇ ਵੀ ਹੋ ਜਾਂਦੇ ਅਤੇ ਕੰਮ ਵੀ ਚੱਲਦਾ ਰਹਿੰਦਾ। ਸੋ ਬਹੁਤ ਸਾਰੇ ਕਲਾਕਾਰ ਅੱਜ ਕੱਲ੍ਹ ਸਾਡੇ ਟੋਰਾਂਟੋ ਦੇ ਵਿੱਚ ਆਏ ਹੋਏ ਹਨ ਜਿਨ੍ਹਾਂ ਵਿੱਚੋਂ ਮੇਰੇ ਬਹੁਤ ਹੀ ਪਸੰਦੀਦੇ, ਮੇਰੇ ਜਿਹੜਾ ਮੇਰੇ ਟੇਸਟ ਜਿਹੜਾ ਗਾਉਂਦੇ ਨੇ ਸਤਵਿੰਦਰ ਬੋਗਾ ਸਾਹਿਬ, ਮਿਲੇ ਅਸੀਂ ਕੱਲ੍ਹ ਵੀ ਮਿਲੇ, ਅੱਗੇ ਵੀ ਇੱਕ ਦਿਨ ਮਿਲੇ ਹਾਂ। ਬਿਲਕੁਲ, ਹੀ ਇਜ਼ ਵੈਰੀ ਹੰਬਲ ਐਂਡ ਨਾਈਸ ਪਰਸਨ ਔਰ ਸਾਡਾ ਸਿਰ ਝੁੱਕ ਜਾਂਦਾ। ਕੱਲ੍ਹ ਵੀ ਆਪਾਂ ਇਹੀ ਗੱਲ ਕਰ ਰਹੇ ਸੀ ਕਿ ਕਲਾਕਾਰਾਂ ਨੂੰ ਹਮੇਸ਼ਾ ਆਪਣੇ ਸੀਨੀਅਰ ਕਲਾਕਾਰ ਦੀ, ਜਿਹੜਾ ਕਿ ਬਤੌਰ ਪੰਜਾਬ ਦੇ ਵਿੱਚ ਨਾਮੀ ਕਲਾਕਾਰ ਹੋਵੇ, ਹਰਭਜਨ ਮਾਨ ਹੈ, ਹੰਸਰਾਜ ਹੰਸ ਭਾਜੀ, ਸਰਦੂਲ ਸਿਕੰਦਰ ਆ, ਗੁਰਦਾਸ ਮਾਨ ਸਾਹਿਬ ਆ, ਫਿਰ ਉਸ ਤੋਂ ਬਾਅਦ 'ਚ ਜਿਹੜੇ ਹੋਰ ਵੀ ਕਲਾਕਾਰ ਨੇ, ਮਲਕੀਤ ਭਾਜੀ ਸੀਗੇ, ਜਸਵੀਰ ਜੱਸੀ ਹੈ, ਜਿਹੜੇ ਪ੍ਰੋਪਰ ਸਿੱਖ ਕੇ ਅਤੇ ਫਿਰ ਸਟਾਰ ਬਣੇ, ਐਸੇ ਸਟਾਰ ਬਣੇ, ਕਈ ਸਾਲ ਚੱਲੇ, ਅੱਜ ਵੀ ਲੋਕ ਉਹਨਾਂ ਨੂੰ ਸੁਣ ਕੇ ਮਜ਼ਾ ਲੈਂਦੇ ਆ। ਸੋ ਜਿਹੜੇ ਸਾਡੇ ਵਰਗੇ ਨਵੇਂ ਮੁੰਡੇ ਆ ਜਾਂ ਪਹਿਲਾਂ ਵਾਲੇ ਆ ਜਾਂ ਹੁਣ ਆਉਣੇ ਦੁਬਾਰਾ, ਇਹਨਾਂ ਸਾਰਿਆਂ ਦਾ ਇੱਕ ਦਿਲੋਂ ਫਰਜ਼ ਬਣਦਾ ਕਿ ਆਪਣੇ ਸੀਨੀਅਰ ਕਲਾਕਾਰ ਨੂੰ ਜ਼ਰੂਰ ਨਿਮਰਤਾ ਨਾਲ ਚੰਗੇ ਤਰੀਕੇ ਨਾਲ ਮਿਲਣ। ਨਹੀਂ, ਤੁਹਾਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਕਿ ਮੈਨੂੰ ਹੁੰਦਾ ਕਿ ਮੈਨੂੰ ਲੱਗਦਾ ਕਿ ਉਹ ਅਦਬ ਜਿਹੜਾ ਨਾ ਉਹ ਜਿਹੜੀ ਚੀਜ਼ ਹੈ ਉਹ ਹੈ ਨਹੀਂ ਗੀ, ਕਿਉਂਕਿ ਪੈਸਾ ਲਾ ਲਾ ਕੇ ਤੁਸੀਂ ਆਏ ਹੈ ਨਾ, ਅਤੇ ਉਹ ਫਿਰ ਉਹਨਾਂ ਨੂੰ ਜਿਹੜਾ ਬੰਦਾ ਧੱਕੇ ਨਹੀਂ ਨਾ ਖਾ ਕੇ ਆਉਂਦਾ ਉਹਨੂੰ ਕੀ ਪਤਾ ਇੱਜ਼ਤ ਕਿੱਦਾਂ ਕਰੀਦੀ ਕਿਸੇ ਦੀ। ਸੋ ਦੋਸਤੋ ਪ੍ਰੋਗਰਾਮ ਦਾ ਨਾਮ ਨਾਲੇ ਗੱਲਾਂ ਨਾਲੇ ਗੀਤ ਨੇ, ਸੋ ਅਸੀਂ ਗੱਲਾਂ ਜ਼ਿਆਦਾ ਕਰ ਰਹੇ ਗਾਣਾ। ਹਾਂਜੀ, ਇੱਕ ਗੀਤ ਇਹਨਾਂ ਨੇ ਕਿਉਂ ਕੀਤਾ ਹੋਇਆ, ਮੈਂ ਹੁਣੇ ਫੋਕ ਟੱਪੇ ਗਾਏ ਮਿਕਸ ਕਰਕੇ ਪੂਰੇ ਬੈਂਡ ਦੇ ਨਾਲ ਲਾਈਕ ਕੋਕ ਸਟੂਡੀਓ। ਸੋ ਮੈਂ ਚਾਹਾਂਗਾ ਕਿ ਉਹ ਵੀ ਆਪਾਂ ਬਿਲਕੁਲ ਇੰਜੋਏ ਕਰਦੇ। ਚਲੋ ਫਿਰ ਤੁਹਾਡਾ ਇਸ ਗੀਤ ਨੂੰ ਮਾਣਦੇ ਹਾਂ, ਉਸ ਤੋਂ ਬਾਅਦ ਥੋੜ੍ਹੀ ਜਿਹੀ ਅਸੀਂ ਹੋਰ ਗੱਲਬਾਤ ਕਰਾਂਗੇ। ਫੇਸਬੁੱਕ ਤੋਂ ਸਾਡੇ ਨਾਲ ਬਹੁਤ ਯਾਰ ਦੋਸਤ ਜੁੜੇ ਹੋਏ ਨੇ, ਬੰਨੀ ਸ਼ਰਮਾ ਸਾਡਾ ਬਹੁਤ ਪਿਆਰਾ ਵੀਰ, ਸਤਿ ਸ਼੍ਰੀ ਅਕਾਲ, ਗੀਤਾ ਬੈਂਸ ਆਪਣੇ ਬੱਚਿਆਂ ਨੂੰ ਮਿਲਣ ਆਏ ਨੇ ਵਿਦ ਫੈਮਿਲੀ, ਸੋ ਵੀ ਇੱਥੇ ਪੂਰਾ ਕੈਨੇਡਾ ਘੁੰਮ ਰਹੇ ਨੇ ਮੇਰੇ ਵਾਂਗੂ। ਸੋ ਜਿੰਨੇ ਫੇਸਬੁੱਕ ਤੇ ਵੀ ਯਾਰ ਦੋਸਤ ਜੁੜੇ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਜ ਕੱਲ੍ਹ ਟੈਕਨੋਲੋਜੀ ਬੜਾ ਉੱਧਰ ਵੀ ਚੱਲ ਰਿਹਾ, ਲਾਈਵ ਇੱਧਰ ਵੀ ਚੱਲ ਰਿਹਾ, ਸੋ ਜਿੱਥੇ ਜਿੱਥੇ
ਜੋ ਕੁਛ ਭੇਜ ਹੁੰਦਾ ਭੇਜ ਹੀ ਜਾਂਦੇ ਆਪਾਂ। ਚਲੋ ਫਿਰ ਤੁਹਾਡਾ ਇੱਕ ਬਹੁਤ ਵਧੀਆ ਗੀਤ, ਅਸੀਂ ਨੈਚੁਰਲ ਜਿਹੀਆਂ ਗੱਲਾਂ ਕਰ ਰਹੇ, ਇਸ ਨੋਟ ਕਿ ਦੇ ਇੰਟਰਵਿਊ ਨਹੀਂ ਹੈਗਾ, ਅਸੀਂ ਜਸਟ ਨਾਲੇ ਗੱਲਾਂ ਨਾਲੇ ਗੀਤ ਦੇ ਵਿੱਚ ਬੈਠੇ ਹਾਂ ਅਤੇ ਥੋੜ੍ਹੀ ਜਿਹੀ ਗੁਫ਼ਤਗੂ, ਥੋੜ੍ਹਾ ਜਿਹਾ ਗਾਣਾ ਸੰਗੀਤ, ਕਿਉਂਕਿ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਆਏ ਨੇ ਤੇਜੀ ਸਾਹਿਬ ਅਤੇ ਇਹਨਾਂ ਦੇ ਇੱਕ ਦੋ ਹੋਰ ਇੰਟਰਵਿਊ ਕੀਤੇ ਨੇ, ਅਜੇ ਹੋਰ ਕਰਾਂਗੇ। ਸੋ ਚੰਗੇ ਕਲਾਕਾਰਾਂ ਨੂੰ ਪ੍ਰਮੋਟ ਕਰਨਾ ਇਹ ਸਾਡਾ ਇਖਲਾਕੀ ਫਰਜ਼ ਵੀ ਬਣਦਾ। ਚਲੋ ਫਿਰ ਤੇਜੀ ਜੀ, ਕਿਹੜਾ ਗੀਤ ਤੁਸੀਂ ਕਹਿੰਦੇ ਕਿਉਂ ਕੀਤਾ ਹੋਇਆ? ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਿਆ ਅੱਜ ਲੜਕੇ ਜੁੜੇ ਹੋਏ ਯੂਟਿਊਬ ਤੋਂ, ਫੇਸਬੁੱਕ ਤੋਂ, ਯੂਟਿਊਬ 'ਤੇ ਵੀ ਲਾਈਵ ਚੱਲਦਾ ਅੱਜ ਕੱਲ੍ਹ। ਹਾਂਜੀ ਹਾਂਜੀ, ਉਹ ਵੀ ਵਧੀਆ ਹੋਇਆ, ਕਮਾਲ ਹੋ ਗਈ। ਸੋ ਤੁਸੀਂ ਬਹੁਤ ਜਗ੍ਹਾ ਤੋਂ ਲਾਈਵ ਵੀ ਸਾਨੂੰ ਦੇਖ ਰਹੇ ਹੋ ਇਸ ਵੇਲੇ, ਔਰ ਤੁਹਾਡੇ ਨਾਲ ਸਟੂਡੀਓ 'ਚੋਂ ਵੀ ਅਸੀਂ ਬੈਠ ਕੇ ਗੱਲਬਾਤ ਕਰ ਰਹੇ ਹਾਂ। ਤੇਜੀ ਸੰਧੂ ਸਾਹਿਬ ਅੱਜ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ, ਇਹਨਾਂ ਦੇ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ। ਪ੍ਰੋਗਰਾਮ ਇੱਕ ਘੰਟੇ ਦਾ ਹੁੰਦਾ, ਤੇਜੀ ਸਾਹਿਬ ਗੱਲਾਂ ਗੱਲਾਂ 'ਚ ਪਤਾ ਨਹੀਂ ਲੱਗਿਆ ਇੱਕ ਘੰਟਾ ਕਦੋਂ ਲੰਘ ਗਿਆ। ਇੱਕ ਘੰਟਾ ਹੋ ਗਿਆ? ਹੋ ਗਿਆ, ਕਮਾਲ ਹੋ ਗਈ, ਕਿਆ ਬਾਤ ਹੈ ਜੀ। ਸੋ ਦੋਸਤੋ, ਤੁਸੀਂ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ, ਸੁਣਦੇ ਹੋ, ਪਿਆਰ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਗੱਲ ਕਰ ਰਹੇ ਸੀ ਗੀਤ ਲਾਉਣ ਤੋਂ ਪਹਿਲਾਂ ਸਤਵਿੰਦਰ ਬੁੱਗਾ ਸਾਹਿਬ ਦੀ। ਸਤਵਿੰਦਰ ਬੁੱਗਾ ਸਾਹਿਬ ਬਹੁਤ ਹੀ ਪਿਆਰੇ, ਬਹੁਤ ਹੀ ਰੱਜ ਕੇ ਸੁਰੀਲੇ ਕਲਾਕਾਰ ਨੇ, ਔਰ ਗਾਣਾ ਤਾਂ ਚਲੋ ਹੁੰਦਾ ਹੀ ਰਹਿੰਦਾ ਉਹਨਾਂ ਕੋਲ ਹੈਗਾ ਜਾਂ ਪੂਰੀ ਦੁਨੀਆ ਜਾਣਦੀ, ਪਰ ਉਸ ਤੋਂ ਇਲਾਵਾ ਇਨਸਾਨ ਬੜੇ ਵਧੀਆ ਨੇ, ਦੋਸਤ ਬੜੇ ਵਧੀਆ ਨੇ, ਯਾਰਾਂ ਦੇ ਯਾਰ ਨੇ। ਸੋ ਉਹਨਾਂ ਨਾਲ ਜਿੱਦਣ ਦੇ ਆਏ ਨੇ, ਬੇਸ਼ੱਕ ਹੁਣ ਆਏ ਨੇ, ਪਰ ਪਹਿਲਾਂ ਵੀ ਉਹਨਾਂ ਨਾਲ ਬਹੁਤ ਵਾਰੀ ਮੁਲਾਕਾਤਾਂ ਹੋਈਆਂ, ਜਦੋਂ ਵੀ ਬੈਠਦੇ ਹਾਂ ਉਹੀ ਪਿਆਰ, ਉਹੀ ਨਿੱਘ, ਭਾਵੇਂ ਜਿੰਨੀ ਦੇਰ ਬਾਅਦ ਮਰਜ਼ੀ ਮਿਲੀਏ। ਸੋ ਸੁਰਿੰਦਰ ਬੁੱਗਾ ਸਾਹਿਬ ਨੂੰ ਸਾਡੇ ਵੱਲੋਂ ਜੀ ਆਇਆਂ ਟੋਰਾਂਟੋ ਦੇ ਵਿੱਚ, ਔਰ ਪੂਰੇ ਪਰਿਵਾਰ ਨੂੰ ਜੀ ਆਇਆਂ ਸਾਡੇ ਟੋਰਾਂਟੋ ਦੇ ਵਿੱਚ। ਔਰ ਸਤਵਿੰਦਰ ਬੁੱਗਾ ਸਾਹਿਬ ਦਾ ਇੱਕ ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ ਜੀ ਕੱਲ੍ਹ ਨੂੰ। ਕਿਆ ਬਾਤ ਹੈ, ਤੁਸੀਂ ਪਰਫਾਰਮ ਕਰ ਰਹੇ ਹੋ? ਕੱਲ੍ਹ ਸੈਚਰਡੇ, ਹਾਂਜੀ ਹਾਂਜੀ, ਅਤੇ ਉਸ ਸ਼ੋਅ ਦੇ ਵਿੱਚ ਹੋਰ ਬਹੁਤ ਸਾਰੇ ਕਲਾਕਾਰ ਨੇ। ਮੈਂ ਤਾਂ ਚਲੋ ਥੋੜ੍ਹਾ ਇਸ ਕਰਕੇ ਉਹ ਸੀਨੀਅਰ ਨੇ ਗਾਣੇ ਦੇ ਵਿੱਚ, ਬਹੁਤ ਸੀਨੀਅਰ ਨੇ, ਅਤੇ ਉਹਨਾਂ ਦੇ ਨਾਲ ਗਾਉਣਾ ਤਾਂ ਮੇਰਾ ਖਿਆਲ ਹੈ ਕਿ ਮੇਰੀ ਔਕਾਤ ਨਹੀਂ, ਪਰ ਕੁਛ ਨਾ ਕੁਛ ਤੁਹਾਨੂੰ ਇਹ ਹੁੰਦਾ ਕਿ ਸੀਨੀਅਰ ਬੰਦੇ ਨਾਲ ਤੁਸੀਂ ਬੈਠਦੇ ਹੋ, ਤੁਹਾਨੂੰ ਕੁਛ ਸਿੱਖਣ ਦਾ ਮੌਕਾ ਮਿਲਦਾ। ਬਿਲਕੁਲ। ਸੋ ਇੱਕ ਮੈਂ ਸਟੂਡੈਂਟ ਦੇ ਤੌਰ 'ਤੇ ਉਹਨਾਂ ਨਾਲ ਪਰਫੋਰਮ ਵੀ ਕਰਾਂਗਾ, ਔਰ ਇਹ ਸ਼ੋਅ ਜਿਹੜਾ ਕੱਲ੍ਹ ਨੂੰ ਸ਼ਾਮੀ 7 ਵਜੇ, 6:30 ਉਹਨਾਂ ਲਿਖਿਆ ਅਤੇ
ਪੰਜਾਬੀਆਂ ਦਾ ਟਾਈਮ ਇੰਨਾ ਕੁ ਤਾਂ ਹੁੰਦਾ, 1 ਘੰਟਾ ਤਾਂ ਮਾਰਜਨ ਹੁੰਦਾ ਹੀ ਹੈ। ਸੋ 7 ਵਜੇ ਕਹਿੰਦੇ ਨੇ ਕੋਸ਼ਿਸ਼ ਕਰਾਂਗੇ ਅਸੀਂ ਸ਼ੁਰੂ ਕਰ ਦਈਏ ਇਸ ਪ੍ਰੋਗਰਾਮ ਨੂੰ। ਸੋ ਇਹ ਬਹੁਤ ਵਧੀਆ ਪ੍ਰੋਗਰਾਮ, ਪਾਇਲ ਬੈਂਕਟ ਹਾਲ ਸਾਡੇ ਇੱਥੇ ਬਹੁਤ ਵਧੀਆ ਬੈਂਕਟ ਹਾਲ, ਉਹਦੇ ਵਿੱਚ ਹੋਣ ਜਾ ਰਿਹਾ ਕੱਲ੍ਹ ਸ਼ਾਮੀ। ਤੁਸੀਂ ਜਿਹੜੇ ਸਤਵਿੰਦਰ ਬੁੱਗਾ ਸਾਹਿਬ ਦੇ ਜਿਹੜੇ ਫੈਨਸ ਨੇ, ਉਹਨਾਂ ਦੇ ਆਸ਼ਿਕ ਨੇ, ਉਹ ਉਹਨਾਂ ਨੂੰ ਲਾਈਵ ਕੱਲ੍ਹ ਸੁਣ ਸਕਦੇ ਨੇ। ਪੂਰੇ ਬੈਂਡ ਦੇ ਨਾਲ ਬਹੁਤ ਵਧੀਆ ਔਰਕੈਸਟਰਾ ਹੋਏਗਾ ਔਰ ਸਾਊਂਡ ਸਿਸਟਮ ਬੜਾ ਵਧੀਆ ਉਹਨਾਂ ਨੇ ਲਿਆਂਦਾ, ਕਿਉਂਕਿ ਇਹ ਪ੍ਰੋਫੈਸ਼ਨਲੀ ਉਹਨਾਂ ਦਾ ਸ਼ੋਅ ਹੈਗਾ। ਬਹੁਤ ਵਧੀਆ ਸ਼ੋਅ ਹੋਏਗਾ। ਜੇਕਰ ਤੁਸੀਂ ਇਸ ਸ਼ੋਅ ਦੀ ਕੋਈ ਟਿਕਟ ਲੈਣੀ ਹੋਵੇ ਜਾਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਮੱਖਣ ਬੈਂਸ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ, ਉਹਨਾਂ ਨਾਲ ਗੱਲਬਾਤ ਕਰ ਸਕਦੇ। 647 845 4583 ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਤੇਜੀ ਸਾਹਿਬ ਚੱਲੀਏ ਫਿਰ। ਬਿਲਕੁਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਸੋ ਬੜਾ ਚੰਗਾ ਲੱਗਾ ਅੱਜ ਆਪਣਾ ਪੰਜਾਬ ਟੀਵੀ 'ਤੇ ਨਾਲੇ ਗੱਲਾਂ ਨਾਲੇ ਗੀਤ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ। ਸੋ ਸਾਰਿਆਂ ਨੂੰ ਇਹੀ ਚਾਹੂੰਗਾ ਕਿ ਸਾਰੇ ਸਾਡੇ ਪੰਜਾਬੀ, ਸਾਡੇ ਇੰਡੀਅਨ, ਭਾਰਤੀ ਇਸ ਕੰਟਰੀ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣ, ਤੰਦਰੁਸਤ ਰਹਿਣ, ਫਿੱਟ ਰਹਿਣ। ਸੋ ਚੰਗੇ ਚੰਗੇ ਮਿਊਜ਼ਿਕ ਨੂੰ ਪ੍ਰਮੋਟ ਕਰਦੇ ਰਹਿਣ, ਸਾਰੇ ਵਧੀਆ ਗਾਉਂਦੇ ਆ। ਇੱਕ ਮੈਂ ਗਾਣਾ ਫਿਰ ਕਿਤੇ ਸੁਣਾਊਂਗਾ, ਪਰ ਬਹੁਤ ਵਧੀਆ ਸੁਣਾਓ। ਉਹ ਕਹਿੰਦੇ ਮੈਂ ਨਾ ਸਿੰਗਰਾਂ 'ਤੇ ਬਣਾਇਆ ਸੀ, ਉਹਦੇ ਸਥਾਈ ਬਣਾ ਦਿੰਦਾ ਜੀ। ਆਪਣੀ ਜਗ੍ਹਾ 'ਤੇ ਸਾਰੇ ਵਧੀਆ ਹੀ ਗਾਉਂਦੇ ਨੇ, ਆਪਣੀ ਜਗ੍ਹਾ 'ਤੇ ਸਾਰੇ ਵਧੀਆ ਹੀ ਗਾਉਂਦੇ ਨੇ, ਟਾਈਮ ਜਿਹਦਾ ਚੱਲੇ ਉਹਨੂੰ ਸਾਰੇ ਹੀ ਸਲਾਉਂਦੇ ਨੇ। ਵਾਹ ਵਾਹ, ਹਿੱਟ ਹੁੰਦਾ ਉਹੀ ਜਿਹਦੇ ਲੋਕ ਗਾਣੇ ਲਾਉਂਦੇ ਨੇ। ਕਿਆ ਬਾਤ, ਸੱਚੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਸੋ ਦੋਸਤੋ, ਤੁਸੀਂ ਪ੍ਰੋਗਰਾਮ ਨੂੰ ਦੇਖਿਆ, ਮਾਣਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਸੇਮ ਚੈਨਲ 'ਤੇ ਸੇਮ ਸਟੇਸ਼ਨ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਇਜਾਜ਼ਤ ਦਿਓ, ਰੱਬ ਰਾਖਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।